ਪਰ ਖੱਬੀ ਕੰਨੀ ਰਾਣਾ ਸ਼ਾਹਦ ਕਸ਼ਗੋਰੀਆ ਰਾਜਪੂਤਾ ਫੜਿਆ ਗਿਆ ਗੁੱਟ ਵੱਜ ਗਈ ਕੈਂਚੀ ਰਾਜਪੂਤ ਰਾਜਪੂਤਾ ਦਾ ਹੀਰਾ ਉਸਤਾਦ ਸਲੀਮ ਬਾਦਲ ਦਾ ਘੋੜਾ ਬੱਲੇ ਨੰਬਰ ਅੱਖਾਂ ਉਧਰ ਪੁੱਠੀ ਪਾਉਣ ਦੀ ਕੀਤੀ ਟਰਾਈ ਪਰ ਮਾਛੂ ਰਾਈ ਮਾਛੂ 55 ਉਧਰ ਫਿਰ ਰਾਣਾ ਕਾਮੀ ਤੇ ਦਾਨਿਸ਼ ਟਾਈਗਰ ਰਾਣਾ ਕਾਮੀ ਤੇ ਦਾਨੀ ਟਾਈਗਰ ਉਸਤਾਦ ਬਾਬਰ ਟੀਪੂ ਦਾ ਘੋੜਾ ਬੱਲੇ ਆ ਬੱਲੇ ਕੋਠੇ ਚੁੱਡੀਆਂ ਮਾਰਦੇ ਨੌਮੀ ਰਾਜਪੂਤ ਚੱਲ ਪਈ ਆਹ ਬੱਲੇ ਉਧਰ ਰਾਣਾ ਕਾਮੀ ਫਿਰ ਰਾਣਾ ਕਾਮੀ ਆਹ ਬੱਲੇ ਭਰਿਆ ਗਿਆ ਲੱਕ ਰੱਖ ਲਿਆ ਥੱਲੇ ਆਹ ਬੱਲੇ ਬੱਲੇ ਤਾਰੀ ਲਾ ਯਾਰ 44-3 ਸ਼ਾਦੀਪੁਰ ਦੋਨਾਂ ਟੀਮਾਂ ਕੇ ਗੁਜ਼ਾਰਿਸ਼ ਹੈ ਜਲਦੀ ਕਿੱਟਾਂ ਕਰਕੇ ਗਰਾਊਂਡ ਚ ਆ ਜਾਓ ਉਸਤਾਦ ਸਲੀਮ ਬਾਦਲ 44-3 ਦੋਨਾਂ ਟੀਮਾਂ ਕੇ ਗੁਜ਼ਾਰਿਸ਼ ਹੈ ਜਲਦੀ ਕਿੱਟਾਂ ਕਰਕੇ ਗਰਾਊਂਡ ਦੇ ਵਿੱਚ ਚੱਪੜੋ ਦਾਨੀ ਟਾਈਗਰ ਭਾਜੀ ਮਿਹਰਬਾਨੀ 2 ਮਿੰਟ ਦੇ ਵਿੱਚ ਟੀਮ ਨੂੰ ਕਿੱਟਾਂ ਕਰਾ ਕੇ ਗਰਾਊਂਡ ਦੇ ਵਿੱਚ ਲੈ ਕੇ ਆਓ ਛਾਤੋ ਜੱਟ ਭਾਜੋ ਰਾਹੀਂ ਭਾਜੀ 2-3 ਮਿੰਟ ਦੇ ਵਿੱਚ ਜਿੰਨਾ ਜਲਦੀ ਹੋ ਸਕਦਾ ਟੀਮ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਓ ਟਾਈਮ ਬੜਾ ਥੋੜਾ ਤਕੜਾ ਕਬੱਡੀ ਮੈਚ ਹੋਣਾ ਸਾਡੇ ਅੱਜ ਦੇ ਇਸ ਮੈਚ ਦੇ ਖਾਸ ਮਹਿਮਾਨ ਖਾਸ ਪ੍ਰਾਹੁਣੇ ਇਸ ਇਲਾਕੇ ਦੇ ਹੀਰੇ ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ ਰਾਓ ਸਲੀਮ ਸਾਦਕ ਚੌਧਰੀ ਏਜਾਜ਼ ਚੇਅਰਮੈਨ ਮੈਂ ਰਤਸਤਾਰ ਹਾਜੀ ਸਲੀਮ ਜੱਟ ਚੌਧਰੀ ਵਕਾਫ ਜੱਟ ਰਾਜਾ ਜਵੇਦ ਸਾਹਿਬ ਤੇ ਮੇਹਰ ਯਾਸਰ ਚਾਂਦੀ ਸਮਿਆਂ ਤੋਂ ਬਾਅਦ ਮੇਰੇ ਸਟੇਜ ਦੀ ਬਣਨਗੇ ਜ਼ੀਨਤ ਔਰ ਇਸ ਮੈਚ ਦਾ ਚੀਫ ਆਰਗਨਾਈਜ਼ਰ ਸ਼ੁਕਰੂ ਜੱਟ ਹੈਦਰ ਕਬੱਡੀ ਕਲੱਬ ਦਾ ਓਨਰ ਦੋਨਾਂ ਟੀਮਾਂ ਅੱਗੇ ਗੁਜ਼ਾਰਿਸ਼ ਹੈ ਭਾਜੀ ਜਲਦੀ ਕਿੱਟਾਂ ਕਰਕੇ ਗਰਾਊਂਡ ਦੇ ਵਿੱਚ ਚੱਪੜੋ ਮੁੱਲ ਪੈਂਦਾ ਦੇਖ ਕਬੱਡੀ ਦਾ ਅੱਜ ਹਰ ਕੋਈ ਜ਼ੋਰ ਅਜ਼ਮਾਉਂਦਾ ਜੀ ਕੋਈ ਬਾਲੇ ਕੱਢਦਾ ਲੋਹੇ ਦੀ ਕੋਈ ਟੰਡ ਬੈਠਕਾ ਲਾਉਂਦਾ ਜੀ ਕੋਈ ਪੈਰਾਂ ਨਾਲ ਭਾਂਦਾ ਰੋੜੀ ਨੂੰ ਕੋਈ ਹੱਥਾਂ ਦੀ ਮਜ਼ਬੂਤੀ ਲਈ ਉੱਠ ਰੋਜ਼ ਨਚੋੜੇ ਬੋਰੀ ਨੂੰ ਕੋਈ ਰੱਸਾ ਸੁੱਟ ਕੇ ਟਾਲੀ ਤੇ ਫੁਰਤੀ ਨਾਲ ਹੈ ਉੱਪਰ ਚੜ ਜਾਂਦੇ ਸ਼ਾਦੀਪੁਰ ਵਾਲੇ ਸ਼ੇਰ ਪੰਜਾਬ ਦੇ ਜੁੜਦਾ ਨਾਲ ਹੈ ਝੰਡੇ ਗੜ ਜਾਂਦੇ ਕਿ ਜਿੰਨਾ ਰੀਝਾ ਨਾਲ ਹੈ ਜਿੰਦ ਸਾਬੀ ਅੱਜ ਵੱਖਰਾ ਨਜ਼ਾਰਾ ਚ ਆਉਣ ਲੱਗਿਆ ਕਿੱਥ ਬਹਿ ਗਈ ਧਰਤੀ ਹੁਣ ਜਦੋਂ ਚੋਰ ਨਾਲ ਚੋਰ ਟਕਰਾਉਣ ਲੱਗਿਆ ਸਾਡੀ ਮਾਂ ਖੇਡ ਕਬੱਡੀ ਪੰਜਾਬੀ ਵਿਰਸਾ ਪੰਜਾਬੀਆਂ ਦੀ ਮਹਿਬੂਬ ਕਬੱਡੀ ਪੰਜਾਬੀ ਪਿਆਰ ਕਰਦੇ ਕਬੱਡੀ ਨਾਲ ਤਕੜੇ ਮੇਲੇ ਲੱਗਦੇ ਸਾਡੇ ਪੰਜਾਬ ਦੇ ਵਿੱਚ ਅੱਜ ਫੇਰ ਇਹ ਉਰਸ ਮੁਬਾਰਕ ਦੇ ਮੌਕਾ ਤੇ ਜ਼ਿਲ੍ਹੇ ਉਕਾੜੇ ਦਾ ਟਾਪ ਦਾ ਕਬੱਡੀ ਮੈਚ ਹੋਣ ਜਾ ਰਿਹਾ ਦੋ ਟਾਪ ਦੇ ਕਲੱਬ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਬਾ ਮੁਕਾਬਲਾ ਹੈਦਰ ਕਬੱਡੀ ਕਲੱਬ ਸ਼ਾਦੀਪੁਰ ਭਾਜੀ ਦੋਨਾਂ ਟੀਮਾਂ ਅੱਗੇ ਗੁਜ਼ਾਰਿਸ਼ ਹੈ ਜਿੰਨਾ ਜਲਦੀ ਹੋ ਸਕਦਾ ਗਰਾਊਂਡ ਦੇ ਵਿੱਚ ਚੱਪੜੋ ਕਿ ਮਿੱਠੀ ਬੋਲੀ ਤੇ ਮਿੱਠੇ ਨੇ ਬੋਲ ਸਾਡੇ ਰਸ ਕੰਨਾਂ ਚ ਦਿੰਦੇ ਨੇ ਘੋਲ ਮਿੱਠੇ ਸਦਾ ਵੱਜਦੇ ਰਹੇ ਨੇ ਢੋਲ ਮਿੱਠੇ ਸਭ ਰੀਝਾਂ ਚ ਵੱਡੀ ਹੈ ਰੀਝ ਸਾਡੀ ਸੋ ਰੱਬ ਦੀ ਇੱਕੋ ਹੀ ਖਾਬ ਸਾਡਾ ਸਦਾ ਵਸਦਾ ਰਹੇ ਪੰਜਾਬ ਸਾਡਾ ਕਦੀ ਨਾ ਕਿਤੇ ਕਿਸੇ ਦੀ ਰੱਤ ਬੁੱਲੇ ਅਮਨ ਸੁੱਖ ਤੇ ਸਾਂਝ ਦੀ ਹਵਾ ਭੁੱਲੇ ਹਰ ਪਾਸੇ ਪਿਆਰ ਦੇ ਔਰ ਬੁੱਲੇ ਰਵੇ ਖਿਲਵੀ ਬਸ ਖੁਸ਼ਬੋ ਇਹਦੀ ਰਵੇ ਹੱਸਦਾ ਫੁੱਲ ਗੁਲਾਬ ਸਾਡਾ ਸਦਾ ਵਸਦਾ ਰਹੇ ਪੰਜਾਬ ਸਾਡਾ ਸਦਾ ਵਸਦਾ ਰਹੇ ਪੰਜਾਬ ਸਾਡਾ ਸਾਡੇ ਇਸ ਮੈਚ ਦੇ ਅਫੀਸ਼ੀਅਲ ਉਸਤਾਦ ਅਬਜਦ ਜੱਟ ਉਹਦੇ ਨਾਲ ਨਾਲ ਉਸਤਾਦ ਮਾਨਾ ਉਸਤਾਦ ਮਾਨਾ ਜੀ ਗਰਾਊਂਡ ਦੇ ਵਿੱਚ ਚੱਪੜੋ ਸਾਡੇ ਇਸ ਮੈਚ ਦੇ ਰੈਫਰੀ ਇਸ ਮੈਚ ਦੇ ਅਫੀਸ਼ੀਅਲ ਉਸਤਾਦ ਅਬਜਦ ਜੱਟ ਕੋਚ ਕੂਚ ਜੱਟ ਕਬੱਡੀ ਕਲੱਬ ਔਰ ਦੂਸਰੇ ਪਾਸੇ ਉਸਤਾਦ ਮਾਨਾ ਦੋਨਾਂ ਬਾਈਆਂ ਦੇ ਗੁਜ਼ਾਰਿਸ਼ ਆ ਭਾਜੀ ਮਿਹਰਬਾਨੀ ਛੇਤੀ ਗਰਾਊਂਡ ਦੇ ਵਿੱਚ ਚੱਪੜੋ ਟੀਮਾਂ ਗਰਾਊਂਡ ਦੇ ਵਿੱਚ ਆਉਣ ਲੱਗੀਆਂ ਮੈਚ ਵੱਡਾ ਹੋਣਾ ਠੀਕ ਆ।
ਲੈ ਜੀ ਟੀਮ ਗਰਾਊਂਡ ਦੇ ਵਿੱਚ ਚੱਪੜੀ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ, ਇੱਕ ਵਾਰੀ ਤਾੜੀ ਲਾਓ ਜਰਾ ਸ਼ਾਦੀਪੁਰ ਵਾਲੇ, ਤਾੜੀ ਲਾਓ ਇੱਕ ਵਾਰੀ ਤਗੜੀ ਜਰਾ, ਕਿ ਭਾਵੇਂ ਚੜ੍ਹਦੇ ਤੇ ਭਾਵੇਂ ਲਹਿੰਦੇ ਅਸਲ ਪੁੱਤਰ ਤੇ ਪੰਜਾਬ ਦੇ ਨੇ, ਐਵੇਂ ਗੱਭਰੂ ਪੁੱਤਰ ਦੇ ਦਾਦਾ ਦੇ ਵਿੱਚ ਉਤਰਨ ਜਿਵੇਂ ਅੱਥਰੇ ਪਾਣੀ ਚਨਾਬ ਦੇ ਨੇ। ਆਕਬ ਆਕਬ ਜੱਟ ਟੀਮ ਆਕਬ ਜੱਟ ਟੀਮ ਲੈ ਕੇ ਬੱਬਰ ਸ਼ੇਰ ਅੱਪਰ ਸਾਹਿਬ ਖੇਡ ਮੈਦਾਨ ਦੇ ਵਿੱਚ ਵੈਲਕਮ 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 ਲਜਿਸਤਾਨ ਸਲੀਮ ਬਾਦਲ ਕਬੱਡੀ ਕਲੱਬ ਵੈਲਕਮ। ਸਭ ਤੋਂ ਅੱਗੇ ਲੀਡ ਕਰਦਾ ਪਿਆ ਜੱਟਾਂ ਦਾ ਪੁੱਤ ਤੇ ਸਭ ਤੋਂ ਪਿੱਛੇ ਪਿੱਛੇ ਗੋਪੀ ਰਾਜਪੂਤ, ਰਾਜਪੂਤਾਂ ਦਾ ਹੀਰਾ ਦਾਨਿਸ਼ ਟਾਈਗਰ, ਪਿਆਰ ਨਾਲ ਕਹਿੰਦੇ ਦਾਨੀ ਟਾਈਗਰ, ਉਸਤਾਦ ਬਾਬਰ ਟੀਪੂ ਦਾ ਘੋੜਾ। ਟੀਮ ਲੈ ਕੇ ਮੁੰਡੇ ਆਪਣੇ ਖੇਡ ਮੈਦਾਨ ਦੇ ਵਿੱਚ, ਉਹ ਬੱਲੇ ਪਟਾਕੇ ਪੈਣਗੇ, ਹੁਣ ਫਸਣਗੇ ਕੁੰਡੀਆਂ ਦੇ ਸਿੰਘ, ਕਿ ਜਿਹਨਾਂ ਰੀਝਾਂ ਨਾਲ ਹੈ ਜਿੰਦ ਸਾਂਭੀ, ਅੱਜ ਵੱਖਰਾ ਦਾ ਨਾਰਾ ਚਲਾਉਣ ਲੱਗਿਆ, ਕਿੱਥ ਕਿੱਥ ਬਹਿ ਗਈ ਧਰਤੀ, ਹੁਣ ਜਦੋਂ ਚੋਰ ਨਾਲ ਚੋਰ ਟਕਰਾਉਣ ਲੱਗਿਆ, ਮੈਂ ਰਾਕਬ ਤਗੜਾ ਹੋ ਜਾ ਚ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੀ ਪਾਕਾ ਤੇਰੇ ਸਿਰ ਤੇ, ਅੱਜ ਉਸਤਾਦਾਂ ਦੇ ਛੱਡੇ ਹੋਏ ਘੋੜੇ, ਉਸਤਾਦ ਸਲੀਮ ਬਾਦਲ ਅੱਜ ਕੋਚਾਂ ਦਾ ਵੀ ਪਤਾ ਲੱਗਣਾ, ਅੱਜ ਕੋਚਾਂ ਦੇ ਸੇਕ ਵੀ ਫਸਣੇ ਆ, ਅੱਜ ਮੈਚ ਵੱਡਾ ਹੋਣਾ, ਕਬੱਡੀ ਤਗੜੀ ਹੋਣੀ ਆ, ਕਬੱਡੀ ਦੀ ਪੂਰੀ ਬੱਲੇ ਬੱਲੇ ਹੋਣੀ ਆ ਗਰਾਊਂਡ ਦੇ ਵਿੱਚ। ਅੱਜ ਦੂਸਰੇ ਪਾਸੇ ਮਾਝੂ ਰਾਈ 55 ਫੋਰ ਵਾਲਾ ਦਾ ਹੀਰਾ, ਉਹਦੇ ਨਾਲ ਨਾਲ ਛਾਨੋ ਛੱਟ ਮੀਆਂ ਕਾਸ਼ਮ ਰਾਣਾ ਕਾਮੀ, ਟੀਮਾਂ ਦੋਨੇ ਪਾਸੇ ਤਗੜੀਆਂ, ਕਿੰਨਾ ਚੁੱਕੀਆਂ ਬੋਰੀਆਂ, ਕਿੰਨਾ ਚੱਲ ਪਈ ਸ਼ੇਰਾ, ਉੱਧਰ ਮੀਆਂ ਕਾਸ਼ਮ ਟੀਮ ਲੈ ਕੇ ਬੱਬਰ ਸ਼ੇਰ ਆਪਣੇ ਲੱਗੇ ਖੇਡ ਮੈਦਾਨ ਦੇ ਵਿੱਚ, ਵੈਲਕਮ ਵੈਲਕਮ ਵੈਲਕਮ। ਔਰ ਸ਼ਾਦੀਪੁਰ ਵਾਲੇ ਤਾੜੀ ਲਾ ਦਿਓ, ਤੇਰੀ ਟੀਮ ਕਰਦੀ ਆਪਣੀ ਆ ਖੇਡ ਮੈਦਾਨ ਦੇ ਵਿੱਚ, ਸ਼ਾਨੂ ਚੱਟ ਲੀਡ ਕਰਦਾ ਪਾ ਬੱਬਰ ਸ਼ੇਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ, ਚੱਟਾਂ ਦਾ ਪੁੱਤ ਉਸਤਾਦ ਅਮਜਦ ਚੱਟ ਦਾ ਘੋੜਾ, 43 ਦਾ ਬੱਬਰ ਸ਼ੇਰ ਅੱਜ ਆਪਣੀ ਟੀਮ ਦੀ ਕਰਦਾ ਪਿਆ ਨੁਮਾਇੰਦਗੀ, ਉਹਦੇ ਨਾਲ ਨਾਲ ਪੱਪੀ ਚੱਟ ਗਰਾਊਂਡਾਂ ਦੇ ਵਿੱਚ ਚੱਪੜਦਾ ਪਿਆ, ਜਿਹੜਾ 10-12 ਦਿਨ ਤੋਂ ਬਾਅਦ ਯੂਕੇ ਦੇ ਵਿੱਚ ਕਬੱਡੀ ਸੀਜ਼ਨ ਖੇਡਣ ਵਾਸਤੇ ਜਾ ਰਿਹਾ, ਇੰਟਰਨੈਸ਼ਨਲ ਕਬੱਡੀ ਦੇ ਹੀਰੇ ਰਾਣਾ ਕਾਮੀ, ਸ਼ਾਨੇ ਸਿਆਲ ਦਾ ਸ਼ੇਰ ਅੱਜ ਗਰਾਊਂਡਾਂ ਦੇ ਵਿੱਚ ਅਪੜਿਆ, ਵੈਲਕਮ ਵੈਲਕਮ ਵੈਲਕਮ, ਮੀਆਂ ਕਾਸਮ ਅਪੜਿਆ ਖੇਡ ਮੈਦਾਨ ਦੇ ਵਿੱਚ, ਵੈਲਕਮ ਮਾਚੂ ਮਹਿਰ, ਔਰ ਤਾੜੀ ਤੇ ਲਾ ਦਿਓ ਲਹਿਰਿਆਂ ਵਾਸਤੇ, ਸ਼ੇਰ ਆਪਣੇ ਮੈਦਾਨ ਦੇ ਵਿੱਚ ਵੈਲਕਮ, ਕੌਡੀ ਤਗੜੀ ਕਬੱਡੀ ਦੀ ਹੋਣੀ ਆ ਅੱਜ ਬੱਲੇ ਬੱਲੇ, ਹਾਏ ਕੌਡੀ ਦੀ ਅੱਜ ਚਾਸ ਆਏਗੀ, ਅੱਜ ਆਏਗਾ ਕਬੱਡੀ ਦਾ ਨਜ਼ਾਰਾ, ਕਿ ਚੁੰਗ ਚੁੰਗ ਕੇ ਮੱਛਾ ਬੋਰੀਆਂ ਆ ਗਈ ਦੌਲਾ ਤੇ ਪੱਟਾਂ ਦੇ ਵਿੱਚ, ਜਾ ਮਿੱਤਰੋ ਸ਼ਾਦੀਪੁਰ ਵਾਲੇ ਅੱਜ ਪਤਾ ਲੱਗ ਜਾਣਾ ਕਿਹੜਾ ਚੁੱਟੂਗਾ ਕਬੱਡੀ ਦਾ ਮੈਦਾਨ ਮਿੱਤਰੋ। ਉਹ ਕਰੀ ਤਾੜੀ ਲਾਓ ਦੋਨਾਂ ਟੀਮਾਂ ਵਾਸਤੇ, 100 ਲੱਗੇ ਰੱਬ ਦੀ ਤਰ੍ਹਾਂ, ਕਿ ਖੇਡਾਂ ਵਿੱਚੋਂ ਖੇਡ ਕਬੱਡੀ, ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਹੀ ਵਸਦੀ ਲੋਕੋ, ਜਾਨ ਪੰਜਾਬੀਆਂ ਦੀ। ਨਵਾਬ ਬਾਜਾ ਸਾਬਕਾ ਕਬੱਡੀ ਖਿਡਾਰੀ, ਸਾਬਕਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਮੇਰੇ ਗਰਾਊਂਡ ਦੇ ਵਿੱਚ ਚੱਪੜਿਆ, ਵੈਲਕਮ 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 ਜੀ ਐਨ ਖੁਸ਼ਾਮਦੀਨ, ਉਸਤਾਦ ਨਵਾਬ ਬਾਜਾ ਆਪਣੇ ਘੋੜੇ ਲੈ ਕੇ ਚੱਪੜਿਆ, ਵੈਲਕਮ ਵੈਲਕਮ ਵੈਲਕਮ, ਉਸਤਾਦ ਬਾਬਰ ਟੀਪੂ ਸਾਹਿਵਾਲ ਦਾ ਹੀਰਾ, ਉਸਤਾਦ ਸਲੀਮ ਬਾਦਲ, ਜਿੰਨੇ ਵੀ ਸਾਬਕਾ ਕਬੱਡੀ ਖਿਡਾਰੀ ਮੇਰੇ ਗਰਾਊਂਡ ਦੀ ਰੌਣਕ ਬਣੇ, ਵੈਲਕਮ ਜੀ ਐਨ ਖੁਸ਼ਾਮਦੀਨ ਪਖੇਰ ਰਾਗਲੇ, ਔਰ ਸਾਡੇ ਅੱਜ ਦੇ ਇਸ ਮੈਚ ਦੇ ਮਹਿਮਾਨ ਖੁਸ਼ੀ ਸੀਨੀਅਰ ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ ਚੌਧਰੀ ਸਲੀਮ ਸਾਦਕ, ਚਾਂਦੀ ਸਮੇਂ ਤੋਂ ਬਾਅਦ ਮੇਰੇ ਗਰਾਊਂਡ ਦੀ ਬਣਨਗੇ ਰੌਣਕ, ਉਹਨਾਂ ਦੇ ਨਾਲ ਨਾਲ ਜਨਾਬ ਚੌਧਰੀ ਅਜਾਰ ਚੇਅਰਮੈਨ, ਮੈਂ ਰਤਸਤਾਰ ਸਾਹਿਬ, ਹਾਜੀ ਸਲੀਮ ਜੱਟ, ਚੌਧਰੀ ਵਕਾਸ ਜੱਟ, ਰਾਜਾ ਜਾਵੇਦ ਔਰ ਮੈਂ ਰਿਆਸਤ, ਚਾਂਦੀ ਸਮੇਂ ਤੋਂ ਬਾਅਦ ਮੇਰੇ ਗਰਾਊਂਡ ਦੀ ਬਣਨਗੇ ਰੌਣਕ। ਇਹਨੂੰ ਝਟਕ ਪਹਿਲੋਂ ਗਰਾਊਂਡ ਚ ਲਾਉਣਾ ਚਾਹੀਦਾ, ਵੱਡੇ ਵੱਡੇ ਫਿਸ ਜਾਣਗੇ।
ਸਾਡਾ ਬਾਈ ਆ ਸਾਨ ਡੋਗਰ, ਗੁੱਸਾ ਨਾ ਕਰ ਜੇ ਕਿਤੇ ਗੂੜਾ ਸੰਗੀ ਆ। ਲਾਈਪਾਂ ਵਾਸਤੇ ਅਲੀ ਜੱਟ ਪੱਤੋ ਵਾਲਾ ਹੀਰਾ ਭਾਜੀ, ਇੱਥੋਂ ਥੋੜੇ ਥੋੜੇ ਪਰਾਂ ਹੋਣਾ ਪੈਣਾ, ਪਰ ਮਿਹਰਬਾਨੀ ਕਰੋ ਪਿੱਛੇ ਬੰਦੇ ਮੈਚ ਵੇਖਣ ਦਾ। ਚੱਲ ਬਈ ਸ਼ੇਰਾ ਪਾ ਕਬੱਡੀ, ਕਬੱਡੀ ਪਾਉਣ ਵਾਸਤੇ ਕਰੀ ਤਾਰੀ ਲਾ ਦੇ ਪਹਿਲੀ ਕਬੱਡੀ ਜੱਟਾਂ ਦਾ ਪੁੱਤ। ਚੱਲ ਬਈ ਅਲੀ ਜੱਟ ਪੱਤੋ ਵਾਲਾ ਹੀਰਾ ਉਸਤਾਦ ਬਾਬਰ ਟੀਪੂ ਦਾ ਘੋੜਾ। ਚੱਲ ਬਈ ਸ਼ੇਰਾ ਪਾ ਕਬੱਡੀ ਕਾਮਰਾਨ ਪਾਟਾ, ਉਹਦੇ ਨਾਲ ਨਾਲ ਖਲੋਤਾ ਹੀ ਰਾਣਾ ਕਾਮੀ ਮੀਆਂ ਕਾਸਮ। ਚੱਲ ਬਈ ਸ਼ੇਰਾ ਕਿੰਨੇ ਹੁੰਦੀ ਹੋ ਟੱਕਰ, ਸ਼ਾਨੇ ਸਿਆਲ ਦਾ ਸ਼ੇਰ ਕਾਮੀ ਇੱਕ ਵਾਰੀ ਫਿਰ ਦੋ ਨੰਬਰ ਤੋਂ ਨਿਕਲੇ ਪਾਰ। ਅਲੀ ਜੱਟ ਤੇ ਰਾਣਾ ਕਾਮੀ ਸ਼ਾਨੇ ਸਿਆਲ ਦਾ ਘੋੜਾ, ਆ ਪੱਲੇ ਚਾਪੀ ਤਗੜਾ ਪਰ ਵੇਦਰ ਵੀ ਤੇਜ ਪੂਰਾ ਕੈਮ ਹੋ ਜਾਂਦਾ ਹੀ। ਨੰਬਰ ਹੋ ਗਿਆ ਰੇਪਰ ਦੇ ਖਾਤੇ, ਨੰਬਰ ਹੋ ਗਿਆ ਅਲੀ ਜੱਟ ਦਾ, ਨੰਬਰ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੇ ਖਾਤੇ। ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ 55-4 ਵਾਲਾ ਹੀਰਾ ਪਰ ਆਈਆਂ ਦਾ ਪੁੱਤ। ਚੱਲ ਵੀ ਮਾਛੂ ਰਾਈ ਦੌਲੇ ਤੋਂ ਬੰਨੀ ਸੁੱਖਾਂ ਦੀ ਤਵੀਤੜੀ, ਟੱਚ ਮਾਰਨੇ ਦੀਆਂ ਟਰਾਈਆਂ ਉਹ ਬੱਲੇ ਕਰੀ ਫਿਰ ਮੈਂ ਰਾਕਬ ਦੋਵੇਂ ਹੀ ਰਾਈ ਦੋਵੇਂ ਹੀ ਮਹਿਰਾਂ ਦੇ ਪੁੱਤ, ਇੱਕ ਪਾਸੇ ਆਕਬ ਤੇ ਦੂਜੇ ਪਾਸੇ ਮਾਛੂ ਉਹ ਬੱਲੇ ਕਰੇ ਦੀਆਂ ਟਰਾਈਆਂ ਰੇਟਰ ਕੈਮ ਹੋ ਜਾਂਦਾ ਹੀ। ਨੰਬਰ ਹੋ ਗਿਆ ਸਾਈ ਦੇ ਖਾਤੇ, ਨੰਬਰ ਹੋ ਗਿਆ ਰੇਟਰ ਦੇ ਖਾਤੇ। ਚੱਲ ਬਈ ਕਬੱਡੀ ਪਾਉਣ ਵਾਸਤੇ ਕਰੀ ਫਿਰ ਉਸਤਾਦ ਸਲੀਮ ਬਾਦਲ ਦੇ ਕੋਲ ਕੀਤੀਆਂ ਟ੍ਰੇਨਿੰਗਾਂ। ਕਬੱਡੀ ਕਬੱਡੀ ਅਲਾਮਤ ਹੋਇਆ ਖਿਲਾਰ ਲਈਆਂ ਪਾਹਾ ਅੱਗੇ ਰਾਣਾ ਸ਼ਾਹਦ ਕਸ਼ਗੋਰੀਆਂ ਰਾਜਪੂਤ ਵਾਲਾ। ਚੱਲ ਬਈ ਸੱਚੀ ਕਰੀ ਤੇ ਮਾਰ ਲਿਆ ਟੱਚ ਕਾਮਰਾਨ ਪਾਡਾ, ਕਾਮਰਾਨ ਪਾਡਾ ਕਰੀ ਫਿਰ ਜਾਫੀ ਤਰਨੱਟ ਜਾਫੀ ਵੱਧ ਖਾਣਾ ਬੰਦੇ ਮਾਰ ਜਾਫੀ। ਨੰਬਰ ਹੈਗਾ ਸ਼ਟਾਪਰ ਦੇ ਖਾਤੇ ਔਰ ਤਾੜੀ ਬਲਾਇਆ ਕਰੀਏ ਹੀਰੇ ਵਾਸਤੇ ਇੰਟਰਨੈਸ਼ਨਲ ਕਬੱਡੀ ਦੇ ਹੀਰੇ ਗਰਾਊਂਡਾਂ ਦੇ ਵਿੱਚ ਐਸਲੇ। ਚੱਲ ਬਈ ਕਬੱਡੀ ਪਾਉਣ ਵਾਸਤੇ ਕਰੀ ਫੇਰ ਆਮਰ ਬਾਜਵਾ ਪਾਕਿਸਤਾਨ ਰੇਂਜਰ ਵਾਲਾ ਬਾਜਵਾ ਦਾ ਪੁੱਤ, ਨਾਚਦਾ ਕਬੱਡੀਆਂ ਪਾਉਣ ਵਾਲਾ ਹੀਰਾ ਧਰਤੀ ਮਾਂ ਨੂੰ ਮੱਥਾ ਟੇਕਿਆ ਕਹਿੰਦਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਤੇ ਕਿਸੇ ਦੀ ਗੱਲ ਬਣਦੀ ਹੈ। ਉਹਦੇ ਕਰੀ ਫਿਰ ਰਾਜਪੂਤ ਮਾਰ ਲਿਆ ਟੱਚ, ਨੰਬਰ ਹੈਗਾ ਬਾਜਵਾ ਦੇ ਪੁੱਤ ਦਾ ਨੰਬਰ ਹੈਦਰ ਕਬੱਡੀ ਕਲੱਬ ਸ਼ੁਕਰੂ ਚੰਦ ਦੇ ਖਾਤੇ। ਚੱਲ ਬਈ ਤੋਤੀ ਕਬੱਡੀ ਪਾਉਣ ਵਾਸਤੇ ਕਰੀ ਫੇਰ ਤੋਤੀ, ਕਹਿੰਦਾ ਕੌਂਡੀ ਕੌਂਡੀ ਕਰਤਾ ਮੈਂ ਆ ਗਿਆ ਮੈਦਾਨ ਵਿੱਚ, ਟੱਕ ਲਓ ਜਿੱਦ ਹੈ ਜੀ ਜਿਸ ਸਾਲ ਵਿੱਚ ਹੱਥ ਲਾ ਕੇ ਬਿਜਲੀ ਵਾਂਗੂ ਨੱਸ ਜਾਵਾਂਗਾ, ਹੰਡਿਆ ਚ ਜਾ ਕੇ ਫਿਰ ਬੱਕਰੇ ਬੁਲਾਵਾਂਗਾ। ਉੱਧਰ ਫਿਰ ਕੀਤੀਆਂ ਟਰਾਈਆਂ ਪਰ ਨੰਬਰ ਰੇਟਰ ਦੇ ਖਾਤੇ, ਨੰਬਰ ਤੋਤੀ ਦਾ, ਨੰਬਰ ਹੋਗਾ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦਾ। ਚੱਲ ਬਈ ਛੱਟ ਛੱਟ ਕਬੱਡੀ ਪਾਉਣ ਵਾਸਤੇ ਕਰੀ ਫਿਰ ਚੱਟਾ ਦਾ ਪੁੱਤ ਉਸਤਾਦ ਅਮਜਦ ਜੱਟ ਦਾ ਸ਼ਿੰਦਾ। ਚੱਲ ਬਈ ਛੋਟੀ ਉਮਰ ਵੱਡੀਆਂ ਮੱਡਾਂ ਖਿਲਾਰ ਲਈਆਂ ਬਾਹਾਂ, ਉੱਧਰ ਫਿਰ ਮੈਂ ਰਾਕਬ ਇੱਕ ਵਾਰੀ ਫਿਰ ਟੀਮ ਕੈਪਟਨ ਪਰ ਛਾਨੂ, ਨੰਬਰ ਹੋ ਗਿਆ ਛੱਟਾ ਦੇ ਪੁੱਤ ਦਾ ਕੋਠੇ ਚੁੱਡੀਆ ਬਾਦ ਦਾ ਛਾਲਾ। ਚੱਲ ਬਈ ਤਾਨੀ ਟਾਈਗਰ 87 ਨਵਲ ਸਾਹਿਵਾਲ ਦਾ ਹੀਰਾ ਉਸਤਾਦ ਬਾਬਰ ਟੀਪੂ ਦਾ ਘੋੜਾ, ਪਾਕਿਸਤਾਨ ਆਰਮੀ ਦੇ ਨਾਲ ਹੈ ਮੁੰਡੇ ਦਾ ਵਾਸਤਾ, ਟੱਚ ਮਾਰਨੇ ਦੀਆਂ ਟਰਾਈਆਂ ਸੱਚੀ ਕੰਨੀ ਮਿਲੀ ਖਲੋਤਾ ਪਾਟਾ ਪਰ ਖੱਬੀ ਕੰਨੀ ਰਾਣਾ ਸ਼ਾਹਦ ਕਸ਼ਗੋਰੀਆ ਰਾਜਪੂਤਾ, ਫੜਿਆ ਗਿਆ ਗੁੱਟ ਵੱਜ ਗਈ ਕੈਂਚੀ ਤੇ ਫਸ ਗਈ ਜਾਨ ਸ਼ਿਕੰਜੀ ਅੰਦਰ ਕੋਖੀਆਂ ਹੋਈਆਂ ਰਾਹਾਂ। ਆ ਪੱਲੇ ਕੀ ਸਕਦਾ ਸਮਾਂ ਟੱਕ ਟੱਕ ਟੱਕ, ਨੰਬਰ ਜਾਫੀ ਦੇ ਖਾਤੇ, ਨੰਬਰ ਹੋ ਗਿਆ ਰਾਣੇ ਸ਼ਾਹਦ ਦਾ
ਨੰਬਰ ਹੈਦਰ ਕਬੱਡੀ ਕਲੱਬ ਦੇ ਖਾਤੇ ਸਾਡਾ ਭਾਈ ਸ਼ੁਕਰੋ ਜੱਟ ਭਰਪੂਰ ਮਿਹਨਤਾਂ ਕੀਤੀਆਂ, ਦਿਨ ਰਾਤ ਜੇ ਕੀਤਾ ਇਸ ਕਬੱਡੀ ਮੈਚ ਵਾਸਤੇ, ਇਸ ਮੇਲੇ ਵਾਸਤੇ, ਭਰਪੂਰ ਮਹੱਤਾਂ ਦਾ ਸ਼ੁਕਰੀਆ। ਉਹਦੇ ਨਾਲ ਸਾਡਾ ਬਾਈ ਭਾਨੀ, ਚੱਲ ਬਈ ਕਬੱਡੀ ਪਾਉਣ ਵਾਸਤੇ, ਇੱਕ ਵਾਰੀ ਫਿਰ ਚੱਟਾਂ ਦਾ ਪੁੱਤ, ਇੱਕ ਵਾਰੀ ਫਿਰ ਪੈਰਾਂ ਦਾ ਪੁੱਤ, ਚੱਲ ਬਈ ਪਾਛੂ ਰਾਹੀਂ ਕਬੱਡੀ ਪਾਉਣ। ਭਾਜੀ ਆ ਕੈਮਰੇ ਦੇ ਕੋਲ ਜਿਹੜੇ ਭਾਜੀ ਆ ਦੋ ਬੰਦੇ, ਮਿਹਰਬਾਨੀ ਭਾਈ ਥੋੜ੍ਹਾ ਥੋੜ੍ਹਾ ਘੁੰਮਿਆ ਪਰਾਂ ਹੋ ਜਾ, ਘੁੰਮਿਆ ਪਰਾਂ ਹੋ ਜਾ, ਮਿਹਰਬਾਨੀ ਕਰੀ ਯਾਰ, ਮਿਹਰਬਾਨੀ। ਅੱਗੇ ਕੈਮਰਾ ਵਾਲਾ ਵੀ ਇੱਧਰ ਦੇਖਦਾ ਕੁਛ ਨੀ, ਆਹ ਬੱਲੇ ਉਧਰ ਫਿਰ ਭਰਿਆ ਗਿਆ ਲੱਕ, ਰੱਖ ਲਿਆ ਥੱਲੇ ਪਰ ਮਾਛੂ ਰਾਈ, ਮਾਛੂ ਰਾਈ ਮੁੰਡੇ ਦੀ ਪੂਰੀ ਭਾਜ ਆ ਇਸਲੇ, ਮੁੰਡਾ ਤੇਲ ਕੀਤੀਆਂ ਮਿਹਨਤਾਂ, ਹਾਏ ਬੱਲੇ ਹਾਏ ਜਾਂਦਾ ਈ। ਨੰਬਰ ਨੰਬਰ ਹੋ ਗਿਆ ਜਾਫੀ ਦੇ ਖਾਤੇ, 30 ਸੈਕਿੰਡ ਦਾ ਸਮਾਂ ਗਿਆ ਚਮਕ, ਨੰਬਰ ਹੋ ਗਿਆ ਉਸਤਾਦ ਸਲੀਮ ਫਾਦਲ ਕਬੱਡੀ ਕਲੱਬ ਦਾ, ਨੰਬਰ ਹੋ ਗਿਆ ਸਰਦਾਰਪੁਰ ਦੇ ਖਾਤੇ, ਚੱਲ ਬਈ ਅਲੀ ਛੱਟ ਕਬੱਡੀ ਪਾਉਣ ਵਾਸਤੇ, ਇੱਕ ਵਾਰੀ ਫਿਰ ਚੱਟਾਂ ਦਾ ਪੁੱਤ, ਕਬੱਡੀ ਕਬੱਡੀ ਅਲਾਮ ਦਾ ਹੋਇਆ, ਖਿਲਾਰ ਲਈਆਂ ਬਾਹਾਂ ਕਿ ਪਾਕਿਸਤਾਨ ਦੇ ਅਸੀਂ ਜਵਾਨ ਸੋਹਣੇ, ਸਾਨੂੰ ਮਾਣ ਦੇ ਬੜੇ ਜਵਾਨੀਆਂ ਤੇ, ਅਸੀਂ ਸਿੱਧੀ ਪੰਜਾਬੀ ਬਲੋਚ ਪੱਠੇ, ਅਸੀਂ ਪੁੱਤ ਪੰਜਾਬ ਦੇ ਪਾੜੀਆਂ ਦੇ, ਤੇ ਅਸੀਂ ਨਸਲ ਮਹਿਮੂਦ ਜੇ ਗਾਜ਼ੀਆਂ ਦੀ। ਉਧਰ ਇੱਕ ਵਾਰੀ ਫਿਰ ਕਾਮੀ, ਉਧਰ ਫਿਰ ਸ਼ਾਨੇ ਸਿਆਲ ਦਾ ਘੋੜਾ, ਪਰ ਜ਼ਿਆਦਾ ਹੀ ਛੱਟ, ਨੰਬਰ ਹੋ ਗਿਆ ਬਾਬਰ ਟੀਪੂ ਦੇ ਸ਼ੇਰ ਦਾ, ਨੰਬਰ ਪੱਤੋ ਵਾਲੇ ਹੀਰੇ ਦਾ, ਨੰਬਰ ਹੋ ਗਿਆ ਅਲੀ ਜੱਟ ਦੇ ਖਾਤੇ, ਚੱਲ ਬਈ ਬੱਬੀ ਜੱਟ ਪਾਕਿਸਤਾਨ ਰੇਂਜਰ, 10-11 ਦਿਨ ਤੋਂ ਬਾਅਦ ਬੱਬਰ ਸ਼ੇਰ ਯੂਕੇ ਕਬੱਡੀ ਸੀਜ਼ਨ ਖੇਡਣ ਵਾਸਤੇ, ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਸਤੇ ਕੈਨੇਡਾ ਜਾ ਰਿਹਾ ਬੱਬੀ ਜੱਟ, ਉਹ ਜਾਂਦਾ ਹੀ ਜੱਟਾਂ ਦਾ ਪੁੱਤ, ਨੰਬਰ ਹੋ ਗਿਆ ਬੱਬੀ ਜੱਟ ਦਾ। ਉਹ ਤਾੜੀ ਤੇ ਲਾਓ ਇੱਕ ਵਾਰੀ ਇਹਨਾਂ ਹੀਰਿਆਂ ਵਾਸਤੇ ਦਾ। ਚੱਲ ਬਈ ਕਬੱਡੀ ਪਾਉਣ ਵਾਸਤੇ, ਇੱਕ ਵਾਰੀ ਫਿਰ ਤੋਤੀ ਕਬੱਡੀ ਦੇ, ਫਿਰ ਤੋਤੀ, ਚੱਲ ਬਈ ਤੋਤੀ, ਅੱਗੇ ਪਾਡਾ, ਅੱਗੇ ਕਾਮੀ, ਬੀਆ ਕਾਸਮ, ਰਾਣਾ ਸ਼ਾਹਦ ਕਸ਼ਕੋਰੀਆ ਰਾਜਪੂਤ ਵਾਲਾ, ਇਹਨੂੰ ਕਿਹੜਾ ਕਰੇਗਾ ਤੇ ਕਿਹੜੀਆਂ ਤੁਰਾਈਆਂ, ਦੋ ਨੰਬਰ ਤੇ ਇੱਕ ਵਾਰੀ ਫਿਰ ਕਾਸਮ, ਪਰ ਆ ਜਾਂਦਾ ਹੀ ਕੋਠੇ ਚੁੱਡੀਆਂ ਮਾਰਦਾ ਛਾਲਾ, ਨੰਬਰ ਹੈਗਾ ਰੇਡਰ ਦੇ ਖਾਤੇ, ਨੰਬਰ ਇੱਕ ਵਾਰੀ ਫਿਰ ਤੋਤੀ ਦਾ, ਚੱਲ ਬਈ ਬਾਜਵਾ ਕਬੱਡੀ ਦੁਆਰੇ ਤੇ, ਇੱਕ ਵਾਰੀ ਫਿਰ ਬਾਜਵਾ ਦਾ ਪੁੱਤ ਪਾਕਿਸਤਾਨ ਰੇਂਜਰ, ਚੱਲ ਬਈ ਅਹਮਦ ਬਾਜਵਾ, ਚੱਲ ਬਈ ਸ਼ੇਰਾ, ਔਰ ਸਾਡਾ ਬਾਈ ਇਜਾਜ਼ ਸਪੋਰਟਸ, ਇਹ ਟੂ ਮੈਚ ਇਜਾਜ਼ ਸਪੋਰਟਸ ਕੇਬਲ ਨੈਟਵਰਕ ਤੇ ਲਾਈਵ ਚੱਲਦਾ ਪਿਆ ਫੇਸਬੁੱਕ ਔਰ ਯੂਟਿਊਬ ਤੇ, ਇੱਕ ਇੱਕ ਸਮਾਂ ਇੱਕ ਇੱਕ ਪਲ ਇਹ ਆਪਣੇ ਕੈਮਰੇ ਦੇ ਅੱਖ ਦੇ ਰਾਹੀਂ ਭਾਈ ਇਜਾਜ਼ ਸਪੋਰਟਸ ਵਾਲਾ ਲਾਈਵ ਟੈਲੀਕਾਸਟ ਕਰਦਾ ਪਿਆ। ਚੱਲ ਬਈ ਕਬੱਡੀ ਪਾਉਣ ਵਾਸਤੇ, ਭਾਜੀ ਮਿਹਰਬਾਨੀ ਯਾਰ, ਕੀ ਗੁਨਾਹ ਭਾਈ ਸ਼ੁਕਰੂ ਜੱਟ ਆ ਬੰਦੇ ਅਫਜ਼ਾਲ, ਪਰਾਂ ਪਰਾਂ ਕਰ ਯਾਰ ਬੱਚੇ ਥੋੜੇ ਜਿਹਾ, ਮਿਹਰਬਾਨੀ ਕਰ ਕੌਡੀ ਵੇਖਣ ਦੇ ਪਿੱਛੇ ਕੋਈ ਦਿਸ ਲੈਣ ਦੇ ਕੀ ਹੋਣ ਡਿਆ, ਅੱਗੇ ਤਾਂ ਜਦੋਂ ਵੀ ਸਟੇਜ ਲਾਉਣਾ ਨਾ ਇੱਥੇ ਲਾਉਣਾ, ਚੂਨੇ ਵਾਲੀ ਲਾਈਨ ਤੇ ਸਟੇਜ ਹੋਵੇ, ਗੱਲ ਰੇਂਜ ਚ ਰੱਖਣਾ, ਬੁੱਢਾ ਹੋ ਗਿਆ ਕੌਡੀ ਕਰਾ ਕਰਾ ਕੇ ਸ਼ੁਕਰੂ ਜੱਟ ਖੇਡ ਖੇਡ ਕੇ। ਉੱਧਰ ਕਬੱਡੀ ਪਾਉਣ ਵਾਸਤੇ ਕਰੀ ਫਿਰ ਚਾਨੋ ਛੱਟ ਤੇ ਡੋਮੀ, ਚਾਨੋ ਛੱਟ ਤੇ ਡੋਮੀ ਰਾਜਪੂਤ, ਆਹ ਬੱਲੇ ਰਾਜਪੂਤਾਂ ਦਾ ਹੀਰਾ ਉਸਤਾਦ ਸਲੀਮ ਬਾਦਲ ਦਾ ਘੋੜਾ, ਬੱਲੇ ਨੰਬਰ ਛੱਟ ਦਾ, ਨੰਬਰ ਉਸਤਾਦ ਅਮਜਦ ਜੱਟ ਦੇ ਸ਼ੇਰ ਦਾ, ਚੱਲ ਬਈ ਤਾਨੀ ਟਾਈਗਰ ਕੇ ਭਾਗਾਂ ਵਾਲੀ ਮਾਂ ਨੇ ਜੰਮਿਆ, ਇਹ ਨੰਬਰ ਲਗੀਨਾ ਹੰਦਿਆਂ ਦੇ ਵੱਲ ਉੱਡਦਾ ਜਾਵੇ, ਜਿਉ ਕਬੂਤਰ ਚੀਨਾ ਹਰ ਮੈਦਾਨ ਉੱਚਾ ਕੀਤਾ, ਇਹਨੇ ਗੁਰੂ ਦਾ ਸੀਨਾ ਆਹਦ ਕਰੇ ਦੁਆਵਾਂ ਰੱਬਾ, ਨਜ਼ਰ ਲੱਗੇ ਕਦੇ ਨਾ ਉਧਰ, ਫਿਰ ਇੱਕ ਵਾਰੀ ਮੀਆਂ ਕਾਸ਼ਮ, ਉਧਰ ਫਿਰ ਮੀਆਂ ਕਾਸ਼ਮ, ਦੋ ਨੰਬਰ ਦੇ ਮੁੰਡੇ ਨੇ ਕੀਤੀਆਂ ਟਰਾਈਆਂ, ਆਹ ਬੱਲੇ ਕਿ ਗੁੱਥਮ ਗੁੱਥਾ ਹੋ ਗਿਆ ਦੋਨੇ, ਤੇ ਵੱਜ ਗਿਆ ਲਲਕਾਰਾ, ਹੋ ਕੇ ਨੰਬਰ ਹੋ ਖੜੋ ਜਿਹੜਾ ਹੋ ਜਾਣ ਚ ਭਾਰਾ, ਉਹ ਖੇਡ ਪਸੰਦ ਆਈ ਤੇ ਸੌ ਲੱਗੇ ਕਰੀ ਤਾਲੀ ਲਾ ਲਾਰੇ ਦਾ ਹੀਰਾ ਵਾਸਤੇ, ਜੱਫੇ ਤੇ ਜੱਫਾ ਠਾ ਜੱਫਾ ਕਮਾਲਾ ਕਰੀ ਜਾਂਦੇ ਮੁੰਡੇ।
ਕਿ ਵਜਨ ਤਾਲੀਆਂ ਫਤਿਹ ਹੌਸਲਾ ਹੋਰ ਜਵਾਨਾਂ ਦਾ, ਤੂੰ ਪਾਸੇ ਬਹਿ ਕੇ ਦੇਖ ਸੋਹਣਿਆ ਚੋਰ ਜਵਾਨਾਂ ਦਾ, ਚੱਲ ਬਈ ਬੱਬੀ ਛੱਟ ਉੱਚਾ ਲੰਬਾ ਕਾਦਾ, ਸਾਂਭਿਆ ਹੋਇਆ ਸਰੀਰ ਚਿੱਟੀ ਦਿੱਕਰ ਚਿੱਟੀਆਂ ਟੇਪਾਂ, ਪਾਕਿਸਤਾਨ ਰੇਂਜਰ ਮੁੰਡੇ ਦਾ ਮਹਿਕਮਾ, ਇੱਕ ਵਾਰੀ ਫਿਰ ਛੱਟਾਂ ਦਾ ਪੁੱਤ ਹੋ ਜਾਂਦਾ ਈ, ਕਹਿੰਦਾ ਟੱਕੋ ਭਾਵੇਂ ਸਾਰੇ ਇਹਨੂੰ, ਇਹ ਨਹੀਂ ਟਕੀਚਦਾ, ਫੜੋ ਭਾਵੇਂ ਸਾਰੇ ਇਹਨੂੰ, ਇਹ ਨਹੀਂ ਫੜੀਚਦਾ। ਨੰਬਰ ਹੋ ਗਿਆ ਬੱਬੀ ਛੱਟ ਦੇ ਖਾਤੇ, ਇੰਟਰਨੈਸ਼ਨਲ ਕਬੱਡੀ ਦੇ ਹੀਰੇ 44,000 ਦੀ ਧਰਤੀ ਦੇ ਇਸਲੇ ਪੂਰੀ ਬੱਲੇ ਬੱਲੇ ਕਰਾਉਂਦੇ ਹੋਏ, ਚੱਲ ਬਈ ਅਲੀ ਛੱਟ ਹੁਣ ਤੱਕ ਨਾਂ ਚਟਾਪ ਕਬੱਡੀਆਂ ਚ ਹੀਰੇ ਦੀਆਂ, ਆਹ ਬੱਲੇ 2 ਨੰਬਰ ਤੇ ਪਰ ਹੋ ਜਾਂਦਾ ਈ। ਨੰਬਰ ਅਲੀ ਛੱਟ ਦੇ ਖਾਤੇ, ਨੰਬਰ ਬਾਬਰ ਟੀਪੂ ਦੇ ਘੋੜੇ ਦਾ, ਨੰਬਰ ਹੋ ਗਿਆ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੇ ਖਾਤੇ, ਚੱਲ ਵੀ ਮਾਚੋ ਰਾਈ ਇੱਕ ਨੂੰ ਫਿਰ ਪੱਟਾਂ ਤੇ ਮਾਰਦਾ ਥਾਪੀਆਂ, ਸੁੱਖਾਂ ਦੀ ਤਵੀਤਰੀ ਕਬੱਡੀ 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 ਅਲਾਪਦਾ, ਟੱਚ ਮਾਰਨ ਦੀਆਂ ਟਰਾਈਆਂ, ਚੱਲ ਬੇ ਮਾਝੂ ਪਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ, ਤੱਕਦੀਆਂ ਤੈਨੂੰ ਸਾਰੇ ਜੱਗ ਦੀਆਂ ਅੱਖਾਂ, ਉਧਰ ਪੁੱਠੀ ਪਾਉਣ ਦੀ ਕੀਤੀ ਟਰਾਈ, ਪਰ ਮਾਝੂ ਰਾਈ ਮਾਝੂ 55-4 ਵਾਲਾ ਨੰਬਰ ਉਸਤਾਦ ਮਾਨੇ ਦਾ ਇਸ਼ਾਰਾ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਹੋ ਗਿਆ ਮਾਝੂ ਰਾਈ ਦਾ, ਸਾਡੇ ਸਾਬਕਾ ਕਬੱਡੀ ਖਿਡਾਰੀ ਉਸਤਾਦ ਮਾਨਾ, ਉਹਦੇ ਨਾਲ ਸਰਦਾਰ ਅਹਿਸਾਨ ਟੋਕਰ ਸਾਡੇ ਇਸ ਮੈਚ ਦੇ ਅਫੀਸ਼ਲ ਹੈ। ਚੱਲ ਬਈ ਉਧਰ ਫਿਰ ਇੱਕ ਵਾਰੀ ਤੋਤੀ ਤੋਤੀ ਤੇ ਕਾਮੀ, ਇੱਕ ਵਾਰੀ ਫਿਰ ਰਾਜਪੂਤਾਂ ਦਾ ਪੁੱਤ ਤੋਤੀ ਤੋਤੀ ਤੇ ਕਾਮੀ, ਪਰ ਉਹ ਜਾਂਦਾ ਈ। ਨੰਬਰ ਹੋ ਗਿਆ ਇੱਕ ਵਾਰੀ ਫਿਰ ਤੋਤੀ ਦਾ, ਨੰਬਰ ਹੋ ਗਿਆ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੇ ਖਾਤੇ, ਔਰ ਸਾਡੇ ਪ੍ਰਾਹੁਣੇ ਚੌਧਰੀ ਸਲੀਮ ਸਾਦਕ ਸਾਹਿਬ, ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ, ਮੇਰੇ ਗਰਾਊਂਡ ਦੀ ਰੌਣਕ ਬਣਨ ਲੱਗੇ ਭਾਈ ਸ਼ੁਕਰੂ ਜੱਟ ਸਟੇਜ ਤੇ ਆ, ਸ਼ੁਕਰੂ ਜੱਟ ਇਸ ਮੈਚ ਦਾ ਚੀਫ ਆਰਗਨਾਈਜ਼ਰ ਭਾਜੀ ਸਟੇਜ ਤੇ ਅਪੜੋ, ਸਾਡੇ ਇਸ ਮੈਚ ਦੇ ਮਹਿਮਾਨ ਖੁਸ਼ੀ ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ ਚੌਧਰੀ ਸਲੀਮ ਸਾਦਕ, ਉਹਨਾਂ ਦੇ ਨਾਲ ਨਾਲ ਚੌਧਰੀ ਆਜ਼ਾਦ ਚੇਅਰਮੈਨ ਸਾਹਿਬ, ਮੈਂ ਰਬਦਸਤਾਰ ਪਾਕਿਸਤਾਨ ਤਹਿਰੀਕ ਇਨਸਾਫ, ਚੌਧਰੀ ਵਿਕਾਸ ਜੱਟ, ਹਾਜੀ ਸਲੀਮ ਜੱਟ, ਰਾਜਾ ਜਵੇਦ ਸਾਹਿਬ, ਮੈਂ ਯਾਸਰ, ਮੇਰੇ ਗਰਾਊਂਡ ਦੀ ਰੌਣਕ ਵੱਲ ਭਾਜੀ ਸਟੇਜ ਕਲੀਅਰ ਕਰਨਾ, ਮਿਹਰਬਾਨੀ ਸਿਰਫ ਭਾਈ ਯਾਰ ਸਟੇਜ ਕਲੀਅਰ ਕਰੋ ਨਾ, ਕਰਨਾ ਪ੍ਰਾਹੁਣੇ ਆ ਗਿਆ, ਮਿਹਰਬਾਨੀ ਭਾਈ ਸਟੇਜ ਕਲੀਅਰ ਕਰਾਓ, ਅਡੋਰੀ ਨਾ ਭੰਨੋ, ਆਪ ਸਟੇਜ ਕਲੀਅਰ ਕਰਾਓ, ਜਿਹੜਾ ਜ਼ਰੂਰੀ ਕੰਮ ਹੈ, ਮਿਹਰਬਾਨੀ। ਆ ਜਿਹੜੀਆਂ ਕੁਰਸੀਆਂ ਫਾਲਤੂ ਥੱਲੇ ਗਈਆਂ ਵੀ ਸਟੇਜ ਤੇ ਪਹੁੰਚਾ ਦਿਓ, ਪ੍ਰਾਹੁਣੇ ਬਹੁਤ ਸਾਰੇ ਆ, ਮਿਹਰਬਾਨੀ ਕਰੋ ਦਾ। ਚੱਲ ਬਈ ਉੱਧਰ ਇੱਕ ਵਾਰੀ ਫਿਰ ਕਬੱਡੀ, ਨੰਬਰ ਹੋ ਗਿਆ ਜਾਨੂ ਜੱਟ ਦੇ ਖਾਤੇ, ਨੰਬਰ ਹੋ ਗਿਆ ਫਿਰ ਚੱਟਾ, ਚੱਲ ਬਈ ਕਬੱਡੀ ਪਾਉਣ ਵਾਸਤੇ ਫਿਰ ਕਬੱਡੀ ਪਾ ਕੇ ਤਾਲੀ ਟਾਈਗਰ, ਇੱਕ ਵਾਰੀ ਫਿਰ ਟਾਈਗਰ, 87 ਨਵਾਂ ਸਾਹੀ ਵਾਲੇ ਰਾਈਆਂ ਦਾ ਪੁੱਤ, ਚੱਲ ਬਈ ਸ਼ੇਰਾ ਕਰੀ ਪਾ ਕਬੱਡੀ, ਜਿਹਨੂੰ ਰੱਬ ਦੇਵੇ ਅੱਗੇ ਜਾਫੀ ਤਗੜੇ, ਪਾਕਿਸਤਾਨ ਸਟਾਪ ਲੈਣ ਦੇ ਤਗੜੇ ਧਰਨਾਟ ਖਲੋਤੇ ਆ, ਪਰਲਾ ਨੇ ਸ਼ਾਹਜ ਨੇ ਕੀਤੀਆਂ ਟਰਾਈਆਂ, ਹੋ ਜਾਂਦਾ ਹੀ। ਨੰਬਰ ਹੋ ਗਿਆ ਦਾਨਿਸ਼ ਟਾਈਗਰ ਦਾ, ਨੰਬਰ ਹੋ ਗਿਆ ਤਾਲੀ ਦੇ ਖਾਤੇ, ਚੱਲ ਬਈ ਬੱਬੀ ਛੱਟ ਕਬੱਡੀ ਪਾਉਣ ਵਾਸਤੇ, ਕਿ ਫਿਰ ਚੱਟਾ ਦਾ ਪੁੱਤ, ਕਿ ਤੈਨੂੰ ਜਿੱਤਾ ਬਖਸ਼ਿਆ ਰੱਬ ਸੋਨੇ, ਸਾਰੇ ਬੱਬੀ ਕਹਿੰਦੇ ਨੇ ਮੈਂ ਹਰ ਥਾਂ ਜੇ ਹਰ ਥਾਂ ਤੇ ਜਾ ਕੇ ਤੇਰੇ ਨਾਮ ਦੇ ਰੋਲੇ ਪੈਂਦੇ ਨੇ, ਕਦ ਰੇਤ ਪਾਵਣ ਲਈ ਆਵੇਗਾ, ਸਭ ਤੇਰਾ ਰਸਤਾ ਫੇਰਦੇ ਨੇ, ਤੈਨੂੰ ਇੱਜ਼ਤਾਂ ਬਖਸ਼ਿਆ ਰੱਬ ਸੋਨੇ, ਸਾਰੇ ਪੱਪੀ ਪੱਪੀ ਕਹਿੰਦੇ ਨੇ। ਭਾਈ ਮਾਨੇ, ਭਾਈ ਮਾਨੇ, ਉਸਤਾਦ ਮਾਨੇ, ਅਗਲੀ ਕੌਡੀ ਪਾ ਕੇ ਨਾ ਮੈਚ ਇੱਕ ਦਫ਼ਾ ਰੋਕ ਦੀ, ਪ੍ਰਾਹੁਣੇ ਸਿੱਧਿਆ ਹਾਂ, ਇਸ ਤੋਂ ਬਾਅਦ ਅਗਲੀ ਕੌਡੀ ਪਵਾ ਕੇ ਮੈਚ ਇੱਕ ਦਫ਼ਾ ਰੋਕ ਦੀ, ਇੱਕ ਕੌਡੀ ਹੋਰ ਪਵਾ ਕੇ ਨਾ ਮੈਚ ਰੋਕ ਦੀ, ਪ੍ਰਾਹੁਣੇ ਸਿੱਧੇ ਗਰਾਊਂਡ 'ਚ ਆਉਂਦੇ, ਉਸ ਤੋਂ ਬਾਅਦ ਸਟੇਜ 'ਤੇ ਆਉਣਗੇ। ਸੱਚਾਲ ਬਈ ਉੱਧਰ ਫਿਰ ਜੱਟ, ਉੱਧਰ ਫਿਰ ਜੱਟ, ਜੱਟ ਜੱਟ ਤੇ ਪਾਡਾ, ਆਹ ਪੱਲੇ ਨੰਬਰ 30 ਸ਼ੱਕ ਦਾ ਸਮਾਂ ਗਿਆ, ਜਮੁੱਕ ਨੰਬਰ ਹੋ ਗਿਆ ਸਟਾਪਰ ਦੇ ਖਾਤੇ, ਨੰਬਰ ਧਾਵੀ ਦਾ, ਉਸ ਭਾਈ ਉਸਤਾਦ ਨੇ ਆਹ ਇੱਕ ਕੌਡੀ ਪਵਾ ਕੇ ਨਾ ਮੈਚ ਰੋਕ ਦੀ, ਇੱਕ ਕੌਡੀ ਪਵਾ ਕੇ ਮੈਚ ਰੋਕ ਦੀ।
ਚੱਲ ਰਹੀ। ਭਾਜੀ ਰੈਫਰੀ ਦਾ ਫੈਸਲਾ ਹਤਮੀ, ਦੋਨਾਂ ਟੀਮਾਂ ਵਾਸਤੇ ਰੈਫਰੀ ਦਾ ਫੈਸਲਾ ਹਤਮੀ ਕਿ ਰੈਫਰੀ ਦਾ ਫੈਸਲਾ ਅਟਲ ਹੋਵੇਗਾ। ਇਸ਼ਾਰਾ ਜਿਹਦੇ ਵੱਲ, ਨੰਬਰ ਉਹਦੇ ਆਲੀ ਹੋਵੇਗਾ, ਨੰਬਰ ਹੋ ਗਿਆ। ਇੱਕ ਵਾਰੀ ਫਿਰ ਸਟਾਪਰ ਦੇ ਖਾਤੇ ਅਮਰ ਬਾਜਵਾ 40 ਨਿਸਾਰ ਅਹਿਮਦ, ਚੌਦੇ ਨਿਸਾਰ ਅਹਿਮਦ ਕਾਦਰੀ ਜੱਟ ਦਾ ਸ਼ੇਰ ਐਸਲੇ ਦਾ ਭਤੀਜਾ, ਚੱਲ ਬਈ ਬਾਜਵਾ ਪਾ ਕਬੱਡੀ। ਇੱਕ ਵਾਰੀ ਫਿਰ ਅਹਿਮਦ ਬਾਜਵਾ, ਅਹਿਮਦ ਬਾਜਵਾ ਨਾਂ ਚ ਤਾਂ ਕਬੱਡੀਆਂ ਹੁਣ ਤੱਕ ਜ਼ੀਰੇ ਦੀਆਂ। ਆ ਜਾਂਦਾ ਅਸ਼ੋਕ ਦਾ ਗੁੜ ਖਾਂਦਾ ਕੰਨੇ ਚੂਪਦਾ ਸਰਦਾਰਾ ਸਾਡੇ ਕਬੱਡੀ ਰੋਕ ਦੇ। ਇੱਕ ਮਿੰਟ ਰੋਕ ਦੋ ਪ੍ਰਾਹੁਣੇ ਸਿੱਧੇ ਗਰੁੱਪ ਭਾਈ ਉਸਤਾਦ ਸਲੀਮ ਜੀ, ਭਾਈ ਸ਼ੁਕਰ ਕਹਿਣ ਦਾ ਪ੍ਰਾਹੁਣੇ ਸਿੱਧੇ ਗਰਾਊਂਡ ਚ ਆਉਂਦੇ ਆ। ਆਓ ਆ ਗਿਆ ਢੋਲ ਮਾਰਨ ਦਾ, ਚੱਲ ਪਾ ਦੇ ਕੌਡੀ ਪਾ ਦੇ, ਚੱਲ ਬਈ ਤੋਤੀ ਚੱਲ ਬਈ ਕਬੱਡੀ ਪਾਉਣ ਵਾਸਤੇ। ਕਰੀ ਫਿਰ ਤੋਤੀ ਉਸਤਾਦ ਸਲੀਮ ਬਾਦਲ ਦਾ ਘੋੜਾ, ਚੱਲ ਬਈ ਸ਼ਰੈ ਕਰੀ ਫਿਰ ਹੁਣ ਤੱਕ ਨਾਂ ਚਾਰ ਕਬੱਡੀਆਂ ਛੋਲੇ ਛੋਲੇ ਪੱਬ ਧਰਦਾ ਹੋਇਆ ਸੱਜੀ ਕੰਨੀ ਮੀਆਂ ਕਾਸ਼ਮ, ਖੱਬੀ ਕੰਨੀ ਤੇ ਚੱਲ ਬਈ ਆ ਬੱਲੇ ਆ ਬੱਲੇ ਕਰੀ ਫਿਰ ਕਾਸ਼ਮ, ਇਹ ਕਰੀ ਫਿਰ ਮੀਆਂ ਨਿਕਲੇ ਹੀ ਬਾਹਰ, ਟੱਚ ਮਾਰ ਲਿਆ ਬੱਬਰ ਸ਼ੇਰ ਨੇ ਟੱਕਰੇ ਦੀਆਂ ਤਰਾਈਆਂ। ਇੱਕੋ ਜਿਹਾ ਜੁੱਸਾ, ਇੱਕੋ ਜਿਹੀ ਜਵਾਨੀ, ਇੱਕੋ ਜਿਹੀਆਂ ਉਮਰਾਂ, ਜਵਾਨੀ ਨੂੰ ਜਵਾਨੀ ਆ ਬੱਲੇ ਨੰਬਰ ਹੋ ਗਿਆ ਰੇਡਰ ਦੇ ਖਾਤੇ। ਔਰ ਜਿਹਨੂੰ ਤੋਤੀ ਦੀ ਕਬੱਡੀ ਚੰਗੀ ਲੱਗੀ ਤਾੜੀ ਲਾਏ ਕਰੀ ਤਗੜੀ ਤਰ੍ਹਾਂ, ਤੋਤੀ ਇਸ ਇਲਾਕੇ ਦਾ ਹੀਰਾ, ਤਗੜੀ ਕਬੱਡੀ ਪਾਉਂਦਾ ਬੱਬਰ ਸ਼ੇਰ, ਚੱਲ ਬਈ ਚਾਨੂੰ ਛੱਟ ਕਬੱਡੀ ਪਾਉਣ ਵਾਸਤੇ। ਕਰੀ ਫਿਰ ਛੱਟਾਂ ਦਾ ਪੁੱਤ ਅੱਜ ਆਪਣੇ ਘਰ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਪਿਆ, ਉਸਤਾਦ ਅੰਬੇ ਜੱਟ ਦਾ ਘੋੜਾ ਫੈਸਲ ਬਰਦਾਰ ਦਾ ਬਾਈ ਅਵੈਧ ਜੱਟ ਦਾ ਸੰਗੀ ਲਗਾਈ ਆ ਬੱਲੇ, ਮੈਂ ਰਾਕਬ ਨੇ ਕੀਤੀਆਂ ਟਰਾਈਆਂ ਪਰ ਨੰਬਰ ਹੋ ਗਿਆ ਰੇਡਰ ਦੇ ਖਾਤੇ। ਨੰਬਰ ਚਾਨੂੰ ਜੱਟ ਦਾ ਸਾਡੇ ਸਮੈਚ ਦੇ ਸਾਡੇ ਸਮੈਚ ਚੱਲ ਗਈ ਸਾਡੇ ਸਮੈਚ ਦੇ ਪ੍ਰਾਹੁਣੇ ਚੌਰੀ ਸਲੀਮ ਸਾਦਕ ਰਹਿਨਮਾ ਪਾਕਿਸਤਾਨ ਤਹਿਰੀਕ ਇਨਸਾਫ ਚੌਧਰੀ ਆਜ਼ਾਦ ਚੇਅਰਮੈਨ ਸਾਹਿਬ, ਮੇਰੇ ਗਰਾਊਂਡ ਦੀ ਰੌਣਕ ਬੰਨੇ ਤਾਂ ਵੈਲਕਮ ਜੀਆਂ ਨੂੰ ਖੁਸ਼ਾਮਦੀਦ। ਮੈਂ ਰਬ ਦਸਤਾਰ ਸਾਹਿਬ ਰਹਿਨਮਾ ਪਾਕਿਸਤਾਨ ਤਹਿਰੀਕ ਇਨਸਾਫ, ਭਾਈ ਵਿਕਾਸ ਜੱਟ, ਰਾਜਾ ਜਵੇਦ ਸਾਹਿਬ, ਮੈਂ ਰਿਸ਼ਾਸਰ, ਮੇਰੇ ਗਰਾਊਂਡ ਦੀ ਰੌਣਕ ਬੰਨੇ ਤਾਂ ਵੈਲਕਮ ਵੈਲਕਮ ਵੈਲਕਮ, ਸ਼ੁਕਰੂ ਲਿਆ ਲਿਆ ਪ੍ਰਾਹੁਣਾ ਭਾਜੀ ਲਿਆ, ਸ਼ੁਕਰੂ ਜੱਟ ਲਿਆ, ਚੱਲ ਭਾਈ ਬੱਬੀ ਜੱਟ ਕਬੱਡੀ ਪਾਉਣ ਵਾਸਤੇ। ਕਦੇ ਫਿਰ ਚੱਟਾਂ ਦਾ ਪੁੱਤ ਉੱਚਾ ਲੰਮਾ ਕਰਦਾ, ਖਾਧੀਆਂ ਖੁਰਾਕਾਂ ਕੀਤੀਆਂ ਮਿਹਨਤਾਂ, ਚੱਲ ਬਈ ਪਾਕਿਸਤਾਨ ਦੇ ਟਾਪ ਤੇ ਰੇਡਰਾਂ ਚ ਮੁੰਡੇ ਦਾ ਨਾਂ ਬੋਲਦਾ ਅਸਲੇ ਪੱਪੀ ਜੱਟ। ਇਹ ਕਰੀ ਫਿਰ ਛੋਲੇ ਛੋਲੇ ਪੱਬ ਧਰਦਾ ਹੋਇਆ ਬੋਲਿਆ ਹੋਇਆ ਧਾਫਾ, ਇਹਨੂੰ ਕਿਹੜਾ ਕਰੇਗਾ ਟੱਕੇ ਦੀਆਂ ਟਰਾਈਆਂ। ਇਹ ਕਰੀ ਫਿਰ ਕਪਤਾਨ ਨਿਕਲਿਆ ਬਾਹਰ, ਇਹ ਕਰੀ ਫਿਰ ਰਾਕਬ, ਮੈਂ ਰਾਕਬ ਤੇ ਪੱਪੀ ਭਾਜੋ ਭਾਈਆ ਭੱਜ ਤੇਰੇ ਪਿੱਛੇ ਬੰਦੂਕਾਂ ਵਾਲੇ। ਨੰਬਰ ਹੋ ਗਿਆ ਪੱਪੀ ਜੱਟ ਦਾ, ਨਾਂ ਚਿਤਾਬ ਕਬੱਡੀਆਂ ਇਸ ਹੀਰੇ ਦੀਆਂ। ਇੱਕ ਹੋਰ ਲੱਖਾਂ ਜਾ ਪਿਆਰ ਦਾ ਵਾਅਦਾ ਕੀਤਾ ਆਪਣੀ ਟੀਮ ਦੇ ਖਾਤੇ, ਚੱਲ ਬਈ ਦਾਨੀ ਟਾਈਗਰ ਉਸਤਾਦ ਬਾਬਰ ਟੀਪੂ ਦਾ ਘੋੜਾ, ਚਾਲੀ 87 ਨਵਾਲ ਸਾਹੀਵਾਲ ਦਾ ਸ਼ੇਰ ਕਬੱਡੀ ਪਾਉਣ ਵਾਸਤੇ। ਕਰੀ ਫਿਰ ਪਾਕਿਸਤਾਨ ਆਰਮੀ ਦੇ ਨਾਲ ਮੁੰਡੇ ਦਾ ਵਾਸਤਾ, ਚੱਲ ਬਈ ਸ਼ੇਰਾ ਅੱਗੇ ਰਾਣਾ ਕਾਮੀ ਰਾਣਾ ਸ਼ਾਹਦ ਕਸ਼ਗੋਰੀਆ ਰਾਜਪੂਤ ਵਾਲਾ, ਇਹ ਕਰੀ ਫਿਰ ਰਾਜਪੂਤ ਨਿਕਲਿਆ ਬਾਹਰ ਰਾਣਾ ਕਾਮੀ ਮੀਏ ਮੱਖਣ ਦਾ ਘੋੜਾ ਹਾਂ ਬੱਲੇ ਹਾਂ ਬੱਲੇ ਰਾਣਾ ਕਾਮੀ ਤੇ ਦਾਨੀ ਟਾਈਗਰ, ਦਾਨੀ ਟਾਈਗਰ 87 ਨਵਾਲ ਵਾਲਾ ਹਾਂ ਪਿੱਛੇ ਹੋ। ਨੰਬਰ ਹੋ ਗਿਆ ਦਾਨੀ ਟਾਈਗਰ ਦਾ ਜੋ ਸਦੀਕ ਦਾ ਪੁੱਤ ਹੈ, ਨੰਬਰ ਹੋ ਗਿਆ ਰੇਡਰ ਦੇ ਖਾਤੇ। ਚੱਲ ਬਈ ਕਬੱਡੀ ਪਾਉਣ ਵਾਸਤੇ ਕਿਸੇ ਚੋਈ ਨਿਸਾਰ ਕਾਦਰੀ ਜੱਟ ਦਾ ਭਾਜਾ, ਚੱਲ ਬਈ ਅਹਿਮਦ ਬਾਜਵਾ ਹੁਣ ਤੱਕ ਨਾਂ ਚ ਤਾਂ ਕਬੱਡੀਆਂ ਇਸ ਬੱਬਰ ਸ਼ੇਰ ਦੀਆਂ, ਚੱਲ ਬਈ ਬਾਜਵਾ ਪਾ ਕਬੱਡੀ। ਇੱਕ ਵਾਰੀ ਫਿਰ ਖਿਲਾਰ ਲਗਾ ਬਾਹਾਂ, ਕਬੱਡੀ 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 ਇਲਾਕ ਦਾ ਬੋਲਿਆ ਧਾਫਾ, ਚੱਲ ਬਈ ਬਾਜਵਾ
ਚੱਲ ਪਈ ਉਧਰ, ਫੇਰ ਹਲਕਾ ਜਿਹਾ ਮਾਰ ਲਿਆ ਟੱਚ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਹੋ ਗਿਆ ਸਾਈ ਦਾ। ਸਾਡੇ ਇਸ ਮੈਚ ਦੇ ਮਹਿਮਾਨ ਖਸੂਸੀ ਆਹੀ ਕੌਡੀ ਫਿਰ ਮੈਚ ਰੋਲ ਬਣੀ। ਸਾਡੇ ਇਸ ਮੈਚ ਦੇ ਮਹਿਮਾਨ ਖਸੂਸੀ ਮੈਰ ਅਬਦਸਤਾਰ ਸਾਹਿਬ, ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ, ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਪੱਗਾਂ ਇਸ ਵੇਲੇ ਮੇਰੇ ਗਰਾਊਂਡ ਦੇ ਵਿੱਚ। ਭਾਜੀ ਦੋਨੇ ਟੀਮਾਂ ਲਾਈਨ ਅਪ ਕਰਾ ਦਿਓ, ਮੈਂ ਰਾਕਬ, ਉਸਤਾਦ ਸਲੀਮ ਜੀ, ਮੈਂ ਪਾਕਿਸਤਾਨ ਤਹਿਰੀਕ ਇਨਸਾਫ, ਮੈਂ ਰਬਦਸਤਾਰ ਸਾਹਿਬ, ਤਹਿਰੀਕ ਇਨਸਾਫ ਦੀ ਪੱਗ ਇਸ ਵੇਲੇ ਸਟੇਜ ਤੇ ਆਪਣੀ, ਵੈਲਕਮ ਵੈਲਕਮ ਜੀ ਆਰ ਖੁਸ਼ਾ। ਭਾਜੀ ਦੋਨੇ ਟੀਮਾਂ ਸਟੇਜ ਵੱਲ ਮੂੰਹ ਕਰਕੇ, ਦੋਨੇ ਟੀਮਾਂ ਸਟੇਜ ਵੱਲ ਮੂੰਹ ਕਰਕੇ ਲਾਈਨ ਅਪ ਹੋ ਜਾਓ ਦੋਨੇ ਟੀਮਾਂ। ਭਾਈ ਸ਼ੁਕਰ ਚਾਨੂ ਜੱਟ, ਗਾਲਾਂ ਵੀ ਆਉਂਦੀਆਂ ਮੈਨੂੰ ਫਿਰ ਨਾ ਆਖਿਓ, ਤੇ ਤੁਹਾਨੂੰ ਪਤਾ ਝੱਕਣਾ ਵਾ ਕੋਈ ਨਹੀਂ। ਆ ਸਟੇਜ ਵੱਲ ਮੂੰਹ ਕਰਕੇ ਭਾਜੀ ਦੋਵੇਂ ਟੀਮਾਂ ਲਾਈਨ ਅਪ ਹੋ ਜਾਓ, ਮਿਹਰਬਾਨੀ ਕਰੋ। ਪ੍ਰੋਨੇ ਗਰਾਊਂਡ ਦੇ ਵਿੱਚ ਆਪਣੇ ਮੈਰ ਅਬਦਸਤਾਰ ਸਾਹਿਬ, ਭਰਪੂਰ ਕੋਚ ਪਾਕਿਸਤਾਨ ਆਰਮੀ ਕਬੱਡੀ ਟੀਮ, ਇਸ ਵੇਲੇ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੀ ਕੋਚਿੰਗ ਕਰਦੇ ਪਏ, ਵੈਲਕਮ ਵੈਲਕਮ ਉਹਨਾਂ ਦੇ ਨਾਲ ਨਾਲ ਉਸਤਾਦ ਬਾਬਰ ਟੀਪੂ, ਸਾਬਕਾ ਕਬੱਡੀ ਖਿਡਾਰੀ ਸਾਹੀਵਾਲ ਤੋਂ ਤਸ਼ਰੀਫ ਲੈ ਕੇ ਆਪਣੇ ਵੈਲਕਮ, ਔਰ ਅਲੀ ਜੱਟ ਜਿੰਨੇ ਵੀ ਸਾਡੇ ਪ੍ਰਾਹੁਣੇ ਤਸ਼ਰੀਫ ਲੈ ਕੇ ਆਏ, ਵੈਲਕਮ 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 ਉਸਤਾਦ ਨਵਾਬ ਬਾਜਾ, ਸਾਬਕਾ ਕਬੱਡੀ ਖਿਡਾਰੀ ਮੇਰੇ ਗਰਾਊਂਡਾਂ ਦੇ ਵਿੱਚ ਆਪਣੇ, ਆਪਣੇ ਸ਼ੇਰ ਲੈ ਕੇ ਗਰਾਊਂਡਾਂ ਦੇ ਵਿੱਚ ਆਪਣਿਆ, ਵੈਲਕਮ ਜੀ ਆਰ ਖੁਸ਼ਾਦੀ, ਰਾਲਾ ਕਾਮੀ ਬੱਬੀ ਜੱਟ ਇੰਟਰਨੈਸ਼ਨਲ ਕਬੱਡੀ ਦੇ ਹੀਰੋ, ਜਿਹਨਾਂ ਧੂੜਾਂ ਪੱਟੀਆਂ ਦੇਸ਼ ਵਿਦੇਸ਼ ਜਾ ਕੇ, ਬੱਬੀ ਜੱਟ 10 ਦਿਨਾਂ ਦੇ ਬਾਅਦ ਯੂਕੇ ਕਬੱਡੀ ਸੀਜ਼ਨ ਖੇਡਣ ਵਾਸਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਸਤੇ ਜਾ ਰਿਹਾ ਬੱਬਰ ਸ਼ੇਰ। ਰੱਬ ਸਾਡਾ ਮਿਹਰ ਕਰੇ ਇਹਨਾਂ ਹੀਰਿਆਂ ਤੇ, ਇਹ ਪਾਕਿਸਤਾਨ ਦੇ ਹੀਰੇ, ਇਹ ਪਾਕਿਸਤਾਨ ਦੀਆਂ ਪੱਗਾਂ, ਦੂਸਰੇ ਮੁਲਕਾਂ 'ਚ ਜਾ ਕੇ ਪਾਕਿਸਤਾਨ ਦਾ ਨਾਂ ਉੱਚਾ ਕਰਦੇ ਕਿ ਪਾਕਿਸਤਾਨ ਦੇ ਅਸੀਂ ਜਵਾਨ ਸੋਹਣੇ, ਸਾਨੂੰ ਮਾਣ ਨੇ ਬੜੇ ਜਵਾਨੀਆਂ ਤੇ, ਅਸੀਂ ਸਿੱਧੀ ਪੰਜਾਬੀ ਬਲੋਚ ਪੱਠੇ, ਅਸੀਂ ਪੁੱਤ ਪੰਜਾਬ ਦੇ ਪਾਣੀਆਂ ਦੇ, ਤੇ ਅਸੀਂ ਨਸਲ ਮਹਿਮੂਦ ਜੇ ਗਾਜ਼ੀਆਂ ਦੀ, ਤਾਂ ਦੁੱਧ ਪੀਤੇ ਨੇ ਮਾਵਾਂ ਪਠਾਨੀਆਂ ਦੇ, ਅਸਾਂ ਰਹੀਏ ਨਾ ਰਹੀਏ ਜਹਾਨ ਉੱਤੇ, ਸੋ ਰੱਬ ਦੀ ਪਾਕਿਸਤਾਨ ਰਵੇਗਾ। ਕਾਇਦੇ ਆਜ਼ਮ ਦਾ ਇਹ ਅਹਿਸਾਨ ਹੈ, ਚੰਨ ਚੰਨ ਤਾਰੇ ਦਾ ਉੱਚਾ ਨਿਸ਼ਾਨ ਰਵੇਗਾ। ਮੈਂ ਦਸਤਾਰ ਸਾਹਿਬ ਵੈਲਕਮ, ਚੌਧਰੀ ਸਲੀਮ ਸਾਦਕ ਵੈਲਕਮ, ਚੌਧਰੀ ਅਜਾਦ ਚੇਅਰਮੈਨ ਸਾਹਿਬ ਵੈਲਕਮ ਵੈਲਕਮ ਵੈਲਕਮ, ਅਲੀ ਜੱਟ ਜੀ ਵੈਲਕਮ, ਔਰ ਚੌਧਰੀ ਅਜਾਦ ਚੇਅਰਮੈਨ ਹਾਜੀ ਸਲੀਮ ਜੱਟ, ਚੌਧਰੀ ਵਿਕਾਸ ਜੱਟ ਜੀ ਵੈਲਕਮ, ਰਾਜ ਔਰ ਭਾਈ ਚੌਧਰੀ ਮੁਸਤਫਾ ਸਾਹਿਬ, ਭਾਈ ਅਜਾਦ ਚੇਅਰਮੈਨ ਸਾਹਿਬ, ਉਹਨਾਂ ਦੇ ਭਾਈ ਵੀ ਆਪਣੇ ਗਰਾਊਂਡ ਦੇ ਵਿੱਚ, ਵੈਲਕਮ ਜੀ ਆਰ ਖੁਸ਼ਾਬ ਦੀ ਪਖੀਰ ਰਾਗਲੇ ਸਾਡੇ ਇਸ ਮੈਚ ਦੇ ਪ੍ਰਾਹੁਣੇ ਚੌਧਰੀ ਗੁਲਾਮ ਮੁਸਤਫਾ। ਭਾਜੀ ਆਨ ਸਟੇਜ ਥੋੜ੍ਹਾ ਹਾਫ ਹੋ ਗਿਆ, ਹਾਫ ਹੋ ਗਿਆ, ਨੰਬਰਾਂ ਨਾ ਕਿੱਥੇ, ਹਾਂ ਯਾਰ ਇੱਥੇ ਬਹਿ ਜਾਓ, ਫੱਟੇ ਦੀ ਭਾਵੇਂ ਬਹਿ ਜਾਓ। ਰਾਜਾ ਜਵੇਦ ਸਾਹਿਬ ਔਰ ਹਾਜੀ ਸਲੀਮ ਜੱਟ, ਚੌਧਰੀ ਵਿਕਾਸ ਜੱਟ, ਮੈਰ ਯਾਸਰ ਸਾਹਿਬ, ਵੈਲਕਮ ਜੀ ਆਰ ਖੁਸ਼ਾਮਦੀ। ਇਹ ਜਿਹੜੇ ਲੀਡਰ ਸਟੇਜਾਂ ਤੇ ਬੈਠੇ ਆ, ਇਸ ਵੇਲੇ ਦਿਨ ਰਾਤ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ, ਦਿਨ ਰਾਤ ਇਹਨਾਂ ਨੇ ਜ਼ੁਲਮ ਸਹਿ, ਇਹਨਾਂ ਹੀਰਿਆਂ ਨੇ, ਔਰ ਅੱਜ ਸਾਡੇ ਸਾਹਮਣੇ ਬੈਠੇ ਆ। ਕਰੀ ਕਹਿੰਦੇ ਨਾ, ਜ਼ੁਲਮ ਤੋਂ ਆਖਰ ਜ਼ੁਲਮ ਹੈ, ਮੈਂ ਸਤਾਰ ਸਾਹਿਬ, ਜਬ ਬੜਤਾ ਹੈ ਤੋ ਮਿਟ ਜਾਤਾ ਹੈ। ਭਾਜੀ ਹੁਣ ਕੌਡੀ ਵੀ ਵਹਾਈਏ ਪ੍ਰਾਹੁਣਿਆਂ ਨੂੰ, ਕੌਡੀ ਨੂੰ ਵਹਾਓ, ਜ਼ਿੰਦਾਬਾਦ। ਔਰ ਸਾਡਾ ਬਾਈ ਬਤੌਰ ਕਮੈਂਟੇਟਰ ਮੇਰੇ ਵਾਸਤੇ 1000 ਰੁਪਈਆ ਨਾਮ ਭੇਜਿਆ, ਭਰਪੂਰ ਸ਼ੁਕਰੀਆ, ਜ਼ਿੰਦਾਬਾਦ। ਚੱਲ ਬਈ ਕਬੱਡੀ ਆਉਂਦੀ ਹੈ, ਕਰੀ ਫੇਰ ਸ਼ੁਰੂ, ਮਿਹਰਬਾਨੀ ਕਰੋ ਇੱਥੇ ਬਹਿ ਜਾਓ ਯਾਰ, ਜਿਹੜੇ ਬੰਦੇ ਫਾਲਤੂ ਖਲੋਤੇ ਸਟੇਜ ਦੀ ਇੱਥੇ ਸਾਈਡਾਂ ਤੇ ਬਹਿ ਜਾਓ, ਤਾਂ ਵੀ ਕੰਮ ਸਹੀ ਹੋ ਜਾਣਾ। ਭਾਜੀ ਮਿਹਰਬਾਨੀ ਕਰੋ,
ਜਾਂ ਕੁਰਸੀਆਂ ਅੱਗੇ ਕਰ ਦਿਓ ਇੱਥੇ, ਆਹ ਕੁਰਸੀਆਂ ਅੱਗੇ ਕਰ ਦਿਓ, ਕੌਡੀ ਵੇਖਣ ਕੋ ਕੌਡੀ ਨਾ ਪਿਆਰੇ ਜੀ, ਕੁਰਸੀਆਂ ਅੱਗੇ ਕਰ ਦਿਓ, ਆਹ ਟਰਾਫੀਆਂ ਚੁੱਕ ਕੇ ਇੱਥੇ ਥੱਲੇ ਕਰ, ਥੱਲੇ ਕਰ, ਥੱਲੇ ਕਰ, ਆਹ ਮੇਜ਼ ਚੁੱਕ ਕੇ ਥੱਲੇ ਕਰ ਦਿਓ, ਕੁਰਸੀਆਂ ਅੱਗੇ ਕਰ ਦਿਓ, ਟਰਾਫੀ ਨਹੀਂ ਜਾਂਦੀ ਪਲੋੜਿਆਂ ਨੂੰ ਜਗ੍ਹਾ ਦਿਓ ਤੁਸੀਂ ਕੌਡੀ ਵੇਖਣ, ਬਸ ਠੀਕ ਹੈ, ਚਲੋ ਉੱਧਰ ਕਬੱਡੀ ਪਾਉਣ ਵਾਸਤੇ ਇੱਕ ਫਿਰ ਚੱਲ ਪਈ, ਉੱਧਰ ਫਿਰ ਇੱਕ ਹੀਰਾ ਬੰਦੇ ਤੇਜ਼ ਕੱਢੀ, ਬਹਿਰਾ ਕਬਰੇ ਕੀਤੀਆਂ ਟਰਾਈਆਂ, ਨੰਬਰ ਹੋ ਗਿਆ ਰੇਟਰ ਦੇ ਖਾਤੇ, ਨੰਬਰ ਹੋ ਗਿਆ ਤੇ ਫਿਰ ਸਾਈ ਦਾ, ਚੱਲ ਪਈ ਟਾਨੀ ਟਾਈਗਰ ਕਬੱਡੀ ਪਾਉਣ ਵਾਸਤੇ ਇੱਕ ਫਿਰ ਸਾਹੀ ਵਾਲੀਆ ਸ਼ੇਰ, 87 ਨਵਲ ਮੁੰਡੇ ਦਾ ਪਿੰਡ, ਚਰੀ ਸਦੀਕ ਦਾ ਪੁੱਤ ਉਸਤਾਦ ਬਾਬੱਟੀ ਪੂਰਾ ਘੋੜਾ, ਕਬੱਡੀ ਕਬੱਡੀ ਅਲਾਪ ਦਾ ਖਿਲਾਰ ਲਈਆਂ ਬਾਹਾਂ, ਮੀਆਂ ਕਾਸ਼ਮ ਇੰਟਰਨੈਸ਼ਨਲ ਕਬੱਡੀ ਖਿਲਾੜੀ, ਉਹਦੇ ਨਾਲ ਰਾਣਾ ਕਾਮੀ, ਰਾਣਾ ਕਾਮੀ ਤੇ ਰਾਣਾ ਸ਼ਾਹਰ ਮੀਆਂ ਨੇ ਕੀਤੀਆਂ ਟਰਾਈਆਂ, ਉੱਧਰ ਟਾਨੀ ਟਾਈਗਰ ਤੇ ਮੀਆਂ ਕਾਸ਼ਮ ਆਹ ਪੱਲੇ, ਇੱਕ ਵਾਰੀ ਫਿਰ ਚਮੂਰ ਪੈ ਗਿਆ, ਜਾਫੀ ਤਗੜਾ ਕਹਿੰਦਾ ਵੀ ਨਹੀਂ ਕਰਾਉਂਦਾ ਨੀ ਮੈਂ, ਖਾਕ ਪਿਆ ਛਾਣਦਾ ਤਕੜੇ ਦਾ ਫਲ ਤੇ ਮੈਂ ਚੰਗੀ ਤਰ੍ਹਾਂ ਜਾਣਦਾ, ਨੰਬਰ ਹੋ ਗਿਆ 57 ਦੇ ਖਾਤੇ, ਕਬੱਡੀ ਪਾਉਣ ਵਾਸਤੇ ਤੇਰੀ ਫਿਰ ਚਾਟੂ ਚੱਟ, ਇੱਕ ਵਾਰੀ ਫਿਰ ਜੱਟਾਂ ਦਾ ਪੁੱਤ ਚਾਟੂ ਚੱਟ, ਚਾਨੂੰ ਚੱਟ ਦੀ ਪਾਈ ਹੋਈ ਕਬੱਡੀ, ਚੱਲ ਬਈ ਜੱਟਾ ਪਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ, ਉੱਧਰ ਫਿਰ ਖੱਬੀ ਕੰਨੀ ਮਾਰ ਲਿਆ ਟੱਚ, ਚਾਨੂੰ ਚੱਟ ਆਪਣੇ ਪਿੰਡ ਦੇ ਵਿੱਚ ਆਸਲੇ ਬੱਲੇ ਬੱਲੇ ਕਰਾਉਂਦਾ ਪਿਆ ਹੀਰਾ, ਚੱਲ ਬਈ ਕਬੱਡੀ ਕਬੱਡੀ, ਆ ਜਾਂਦਾ ਹੀ ਨੰਬਰ ਹੋ ਗਿਆ ਜੱਟਾਂ ਦੇ ਪੁੱਤ ਦਾ ਕੁੱਠ ਜਿੱਡੀਆਂ ਮਾਰਦਾ ਛਾਲਾਂ, ਨੰਬਰ ਹੋ ਗਿਆ ਚਾਨੂੰ ਚੱਟ ਦਾ, ਸਾਡੇ ਸਮੈਚ ਦੇ ਪ੍ਰਾਹੁਣੇ ਮਹਿਰਾ ਦਸਤਾਰ ਸਾਹਿਬ, ਚੌਧਰੀ ਸਲੀਮ ਸਾਦਕ ਰਹਿਨੁਮਾ ਪਾਕਿਸਤਾਨ ਤਹਿਰੀਕ ਇਨਸਾਫ, ਚੌਧਰੀ ਗੁਲਾਮ ਮੁਸਤਫਾ, ਚੌਧਰੀ ਐਚ ਆਰ ਚੇਅਰਮੈਨ ਰਾਜਾ ਸੋਹਣੇ ਲੱਗਦੇ ਨੇ, ਤੇ ਰੁੱਖ ਸੱਜਣਾ ਦੇ ਵਿਹੜੇ ਦੀ ਦਿਲ ਨਾ ਭਾਵੇ ਛਾਂ ਤਾਂ ਵੀ ਸੋਹਣੇ ਲੱਗਦੇ ਨੇ, ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ, ਚੱਲ ਬਈ ਬੱਬੀ ਜੱਟ ਬੰਦੇ ਫੇਰ ਗਈ ਆ, ਕੌਡੀ ਕੌਣੀ ਦਿਸਦੀ ਪ੍ਰਾਹੁਣ ਮੈਂ ਦੱਸਾਂ, ਆ ਬੰਦੇ ਸਾਰੇ ਫੇਰ ਗਈ ਆ, ਪ੍ਰਾਹੁਣਿਆਂ ਨੂੰ ਕੱਖ ਨਹੀਂ ਦੇਖਦਾ ਪਿਆ, ਪਿਆਰਿਆ ਤੂੰ ਸਭ ਤੋਂ ਵੱਡਾ ਅੱਗੇ ਖਲੋਤਾ ਬੱਬੀ, ਮੈਂ ਤੇ ਸਿੰਗਲ ਪਾਸੇ ਤੂੰ ਥੱਲੇ ਬਹਿ, ਚੱਲ ਬਈ ਨੰਬਰ ਹੋ ਗਿਆ ਬੱਬੀ ਜੱਟ ਦੇ ਖਾਤੇ, ਇੰਟਰਨੈਸ਼ਨਲ ਕਬੱਡੀ ਦਾ ਹੀਰਾ ਸ਼ੁਕਰੂ ਜੱਟ ਹੈਦਰ ਕਬੱਡੀ ਕਲੱਬ ਦਾ ਮੁਕਾਬਲਾ, ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਉਕਾੜਾ, ਰਾਣੇ ਕਾਮੀ ਨੂੰ ਮਾਰ ਲਿਆ ਟੱਚ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਫਿਰ ਕਬੱਡੀ ਕਬੱਡੀ ਅਲਾਪ ਦਾ ਧਾਵਾ, ਚੱਲ ਵੀ ਇਹ ਚੱਟਾ ਪਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ, ਇੱਕ ਵਾਰੀ ਫਿਰ ਖੱਬੀ ਕੰਨੀ ਮਾਰ ਲਿਆ ਟੱਚ, ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦਾ ਹੀਰਾ, ਚੱਲ ਵੀ ਰਾਣਾ ਚਾਨੂੰ, ਰਾਣਾ ਤੇ ਚਾਨੂੰ, ਰਾਣਾ ਤੇ ਚਾਨੂੰ, ਚਾਨੂੰ ਤੇ ਰਾਣਾ, ਆਓ ਬੱਲੇ ਆਓ ਬੱਲੇ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਚਾਨੂੰ ਚੱਟ ਦਾ, ਨੰਬਰ ਹੋ ਗਿਆ ਜੱਟਾਂ ਦੇ ਪੁੱਤ ਦਾ, ਫਿਰ ਕਬੱਡੀ ਕਲੱਬ ਦੇ ਖਾਤੇ, ਚੱਲ ਪਈ ਇੱਕ ਵਾਰੀ ਫਿਰ ਨੋਮੀ ਰਾਜਪੂਤ, ਚੱਲ ਪਈ ਆਹ ਬੱਲੇ, ਉੱਧਰ ਰਾਣਾ ਕਾਮੀ, ਫਿਰ ਰਾਣਾ ਕਾਮੀ ਆਹ ਬੱਲੇ, ਭਰਿਆ ਗਿਆ ਲੱਕ ਰੱਖ ਲਿਆ ਥੱਲੇ, ਆਹ ਬੱਲੇ ਬੱਲੇ ਤਾਲੀ ਲਾਓ ਯਾਰ, ਇੱਕ ਵਾਰੀ ਤਗੜੇ ਦਾ ਹੀਰੇ ਦੇ ਨਾਂ ਦੀ, ਉੱਧਰ ਫਿਰ ਤਗੜਾ ਜੱਫਾ ਮਾਰਨੇ ਦੀਆਂ ਟਰਾਈਆਂ, ਨੰਬਰ ਕਿਹਦੇ ਖਾਤੇ ਜਾਏਗਾ, ਨੰਬਰ ਕਿਹਨੂੰ ਫੜਿਆਗਾ, ਨੰਬਰ 57 ਦੇ ਖਾਤੇ, ਨੰਬਰ ਹੋ ਗਿਆ ਰਾਣੇ ਦੇ ਖਾਤੇ, ਕਿ ਚੱਜਦਾ ਹੈ ਲਾੜਾ ਮਿੱਤਰੋ, ਹਰ ਸਾਈ ਇਹਦੇ ਮੂਹਰੇ, ਮਾੜਾ ਮਿੱਤਰੋ ਜਿਹੜਾ ਇਹਨੂੰ ਟੱਚ ਮਾਰੇ ਉਹਦੀ ਹਿੱਕ ਵਿੱਚ ਵੱਜਦਾ ਹੈ
ਕੰਨ ਕੇ ਤੋਂ ਗਾੜਾ ਮਿੱਤਰੋ ਚਾਫੀਆਂ ਦੀ ਚੱਜ ਦਾ ਹੈ ਲਾੜਾ ਮਿੱਤਰੋ ਉਧਰ ਫਿਰ ਅਹਮਦ ਬਾਜਵਾ ਇੱਕ ਫਿਰ ਬਾਜਵਾ ਦਾ ਪੁੱਤ ਚੱਲ ਬਈ ਸ਼ੇਰਾ ਹੁਣ ਤੱਕ ਨਾ ਚਟਾਕ ਵੱਟੀਆਂ ਰਾਣਾ ਰਾਜਪੂਤ ਮੀਆਂ ਕਾਸਮ ਤੇ ਰਾਣਾ ਕਾਮੀ ਚਾਰ ਬਾਈ ਚਾਰ ਕੰਧਾਂ ਟੱਚ ਮਾਰਨ ਦੀਆਂ ਤਰਾਈਆਂ ਇੱਕ ਵਾਰੀ ਫਿਰ ਦੋ ਨੰਬਰ ਤੇ ਮਾਰ ਲਿਆ ਟੱਚ ਰਾਣਾ ਕਾਮੀ ਆਹ ਬੱਲੇ ਆਹ ਤਾੜੀ ਲਾਓ ਇੱਕ ਵਾਰੀ ਬੱਬਰ ਸ਼ੇਰ ਦੇ ਨਾਂ ਦੀ ਤਰ੍ਹਾਂ ਨੰਬਰ ਕਿਹਦੇ ਖਾਤੇ ਜੁੜੇਗਾ ਟਾਈਗਰ ਕੇ ਰਾਣਾ ਨੰਬਰ ਤੇ ਰਾਣੇ ਦਾ ਨੰਬਰ ਹੋ ਗਿਆ ਰਾਣੇ ਕਾਮੀ ਦਾ ਨੰਬਰ ਹੋ ਗਿਆ ਜਾਫੀ ਦੇ ਖਾਤੇ ਨੰਬਰ ਹੈਦਰ ਕਬੱਡੀ ਕਲੱਬ 44-3 ਦੇ ਖਾਤੇ ਨੰਬਰ ਸ਼ੁਕਰੂ ਚੱਟ ਦੀ ਟੀਮ ਦਾ ਸ਼ੁਕਰੂ ਜੱਟ ਬਹੁਤ ਖੁਸ਼ ਫਿਰਨ ਡਿਆ ਟੀਮ ਜਿੱਤਣ ਡਈ ਆ ਸ਼ੁਕਰੂ ਜੱਟ ਅੱਜ ਬੜਾ ਹੀ ਖੁਸ਼ ਫਿਰਨ ਡਿਆ ਟੀਮ ਤਗੜਾ ਪਰਫਾਰਮ ਕਰਨ ਡਈ ਆ ਵੱਡੀ ਖੇਡ ਸਜਾਦੀ ਇਸ ਬੱਬਰ ਸ਼ੇਰ ਅੱਜ ਗਰਾਊਂਡ ਦੇ ਵਿੱਚ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ ਪੱਪੀ ਜੱਟ ਚੱਲ ਬਈ ਸ਼ੇਰਾ ਪਾ ਕਬੱਡੀ ਪੱਪੀ ਜੱਟ ਕਹਿੰਦਾ ਘੱਟ ਨੇ ਉਹ ਜੋ ਪਾਲਣ ਵਾਲੇ ਹੁੰਦੇ ਨੇ ਬਹੁਤੇ ਰੁੱਖ ਤੇ ਪਾਲਣ ਵਾਲੇ ਹੁੰਦੇ ਨੇ ਉੱਥੇ ਟਿਕਣ ਦੀ ਚਾਸੀ ਵੱਖਰੀ ਹੈ ਜਿੱਥੇ ਕੋਲ ਸੰਭਾਲਣ ਵਾਲੇ ਹੁੰਦੇ ਨੇ ਉਹ ਜਾਂਦਾ ਹੀ ਪੱਪੀ ਜੱਟ ਇੱਕ ਹੋਰ ਲੱਖਾਂ ਜਿਹਾ ਪਾਉਣ ਦਾ ਵਾਅਦਾ ਕੀਤਾ ਮਹਿਰਾ ਕਬ ਨੇ ਕੀਤੀਆਂ ਟਰਾਈਆਂ ਪਰ ਪੱਪੀ ਜੱਟ ਟਾਪ ਦਾ ਰੇਟਰ ਇਸ ਲਈ ਨੰਬਰ ਆਪਣੇ ਖਾਤੇ ਜੋੜ ਲਿਆ ਚੱਲ ਬਈ ਉੱਧਰ ਫਿਰ ਇੱਕ ਰਾਣਾ ਸ਼ਾਹਦ ਕਸ਼ਗੋਰੀਆ ਰਾਜਪੂਤ ਵਾਲਾ ਇੱਕ ਫਿਰ ਰਾਣਾ ਉੱਚਾ ਲੰਮਾ ਦਾਦਾ ਸਾਂਭੀ ਹੋਈ ਚਿੰਤ ਖਿਲਾਰ ਲਈ ਬਾਈਆਂ ਬਾਹਾਂ ਹੋ ਗਿਆ ਮੂਹਰੇ ਧੱਕੇ ਦੀਆਂ ਟਰਾਈਆਂ ਪਰ ਉਹ ਜਾਂਦਾ ਹੀ ਕਹਿੰਦਾ ਨਹੀਂ ਸੋਹਣਿਆ ਰੋਜ਼ ਰੋਜ਼ ਜੁਮੇਰਾਤ ਨਹੀਂ ਹੁੰਦੀ ਨੰਬਰ ਹੋ ਗਿਆ ਰੇਡਰ ਦੇ ਖਾਤੇ ਨੰਬਰ ਸਾਈ ਦੇ ਖਾਤੇ ਚੱਲ ਬਈ ਜਾਨੂ ਛੱਟ ਕਿ ਜਿਹੜੀਆਂ ਲੈਣ ਉਡਾਰੀਆਂ ਨਾਲ ਪਾਸਾ ਉਹ ਬੁਲਬੁਲਾ ਥੱਕ ਮਰੇਦੀਆਂ ਨੇ ਤੇ ਉਹਨਾਂ ਹਰਦੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੇ ਤੇ ਨਸਲਾਂ ਆਪੋ ਆਪਣੇ ਜੋਰ ਦੱਸਣ ਕੱਦ ਉਖਲੀ ਜੱਦ ਛੜੇਦੀਆਂ ਨੇ ਆ ਬੱਲੇ ਅੰਦਰ ਕੀ ਹੋ ਗਿਆ ਹਾਏ ਟਿਕਟੋਕ ਤੇ ਤਗੜੀ ਬਣਦੀ ਪਈ ਸੀ ਪਰ ਨੰਬਰ ਜਾਨੂ ਜੱਟ ਦੇ ਖਾਤੇ ਨੰਬਰ ਹੈਗਾ ਜੱਟਾਂ ਦੇ ਪੁੱਤ ਦਾ ਸਾਡੇ ਇਸ ਮੈਚ ਦੇ ਮਹਿਮਾਨ ਖੁਸ਼ੀ ਮੈਂ ਦਸਤਾਰ ਸਾਹਿਬ ਰਹਿਮਾ ਪਾਕਿਸਤਾਨ ਤਹਿਰੀਕ ਇਨਸਾਫ ਮੇਰੇ ਸਟੇਜ ਤੇ ਅਪੜਿਆ ਉਹਨਾਂ ਦੇ ਨਾਲ ਨਾਲ ਚੌਧਰੀ ਅਜ਼ਾਦ ਚੇਅਰਮੈਨ ਚੌਧਰੀ ਗੁਲਾਬ ਮੁਸਤਫਾ ਸਾਹਿਬ ਵੈਲਕਮ ਵੈਲਕਮ ਜੀ ਆਇਆਂ ਨੂੰ ਖੁਸ਼ਾਮਦੀਦ ਚੌਧਰੀ ਵਿਕਾਸ ਜੱਟ ਰਾਜਾ ਜਵੇਦ ਸਾਹਿਬ ਮੈਰ ਯਾਸਰ ਹਾਜੀ ਸਲੀਮ ਜੱਟ ਤੇ ਚੌਧਰੀ ਅਜ਼ਾਦ ਚੇਅਰਮੈਨ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਟਾਈਮ ਕੱਢਿਆ ਗਰਾਊਂਡ ਦੇ ਵਿੱਚ ਆਏ ਔਰ ਇਸ ਮੈਚ ਨੂੰ ਚਾਰ ਚੰਨ ਲਾਏ ਸ਼ੁਕਰੂ ਜੱਟ ਦੀ ਆਵਾਜ਼ ਤੇ ਲੱਭਾਈ ਕੀਤਾ ਕਬੱਡੀ ਪਾਉਣ ਵਾਸਤੇ ਇੱਕ ਫਿਰ ਬਾਜਵਾ ਇੱਕ ਫਿਰ ਪਾਕਿਸਤਾਨ ਰੇਂਜਰ ਵਾਲਾ ਅਹਮਦ ਬਾਜਵਾ ਦੋ ਨੰਬਰ ਤੇ ਮਾਰ ਲਿਆ ਟੱਚ ਨੰਬਰ ਹੋ ਗਿਆ ਬਾਜਵਿਆਂ ਦੇ ਪੁੱਤ ਦਾ ਨੰਬਰ ਇੱਕ ਵਾਰੀ ਫਿਰ ਸ਼ੁਕਰੂ ਜੱਟ ਦੀ ਸ਼ੁਕਰੂ ਜੱਟ ਕਬੱਡੀ ਕਲੱਬ ਹੈਦਰ ਦੀ ਟੀਮ ਦਾ ਚੱਲ ਬਈ ਤੋਤੀ ਇਸ ਬੱਬਰ ਸ਼ੇਰ ਨੇ ਵੀ ਨਾਂ ਚਟਾਰ ਕਬੱਡੀ ਪਾਈ ਆ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਦੀ ਤਰਫੋਂ ਤੋਤੀ ਪੂਰਾ ਘੂਰਦਾ ਇਸ ਲਈ ਕੈਮ ਮੁੰਡਾ ਪੂਰੇ ਟੱਚ ਮਾਰਦਾ ਹੋ ਬੱਲੇ ਪਿੱਛੇ ਹਟੋ ਕਿਆ ਕਰਦੇ ਹੋ ਤੋਤੀ ਕੋ ਪਕੜਦੇ ਹੋ ਨੰਬਰ ਤੋਤੀ ਦਾ ਇਸ ਬੱਬਰ ਸ਼ੇਰ ਨੇ ਪੂਰੀਆਂ ਖੁਰਾਕਾਂ ਖਾਧੀਆਂ ਅੱਧਾ ਬਜਟ ਖਾ ਗਿਆ ਉਸਤਾਦ ਸਲੀਮ ਬਾਦਲ ਦਾ ਏ ਮਹੀਨੇ ਦਾ ਬਜਟ ਹੁੰਦਾ ਹੈ 15 ਦਿਨਾਂ 'ਚ ਮੁਕਾ ਜਾਂਦਾ ਜੇ ਹਜੇ ਵੀ ਕੌਡੀ ਤਵੜੀ ਨਾ ਪਵੇ ਤਾਂ ਫਿਰ ਰੱਬੋ ਆਏ ਚੱਲ ਬਈ ਕਬੱਡੀ ਦੁਆਰੇ ਤੇ ਇੱਕ ਵਾਰੀ ਫਿਰ ਨਵਾਂ ਨਕੋਰ ਰੇਡਰ ਟੱਪਾ ਪੈ ਕੇ ਰੇਡਰ ਛੋਟੀ ਜੀ ਚੇਂਦਾ ਉੱਧਰ ਬੋਲੀ ਹੋਈ ਕਬੱਡੀ ਭਾਰ ਧੋਲਿਆ ਮੁੰਡੇ ਨੰਬਰ ਅਹਿਸਾਨ ਡੋਗਰ ਦੱਸੇਗਾ ਕਿਹਦੇ ਖਾਤੇ ਜਾਏਗਾ ਨੰਬਰ ਜਾਫੀ ਦਾ ਨੰਬਰ ਹੋ ਗਿਆ ਕਰੀ ਫਿਰ ਸਟਾਪਰ ਦੇ ਖਾਤੇ
ਨੰਬਰ ਹੋ ਗਿਆ ਧਾਵੀ ਦਾ। ਚੱਲ ਬਈ ਦਾਨਿਸ਼ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ ਦਾਨੀ ਟਾਈਗਰ। ਚੱਲ ਬਈ ਟਾਈਗਰਾ ਪਾ ਕਬੱਡੀ ਇੱਕ ਵਾਰੀ ਫਿਰ ਦਾਨੀ ਟਾਈਗਰ ਦੀ ਪਾਈ ਹੋਈ ਕਬੱਡੀ। ਚੱਲ ਬਈ ਦਾਨੀ ਦਾਨੀ ਇੱਕ ਵਾਰੀ ਫਿਰ ਖਿਲਾਰਨ ਲਈਆਂ ਬਾਹਾਂ। ਦੂਸਰ ਭਾਈਜਾਨ ਦਾ ਬੱਬਰ ਸਿਰ ਜਿੱਤ ਹਾਰ ਗਰਾਊਂਡਾਂ ਦਾ ਹਿੱਸਾ। ਟੀਮ ਜਿਹੜੀ ਵੀ ਜਿੱਤੇਗੀ ਕਬੱਡੀ ਨੇ ਜਿੱਤਣਾ, ਇਹ ਗਰਾਊਂਡਾਂ ਦੀ ਜਿੱਤ ਹੋਣੀ ਆ, ਸਪੋਰਟਸ ਦੀ ਜਿੱਤ ਹੋਣੀ ਆ। ਉਧਰ ਫਿਰ ਇੱਕ ਵਾਰੀ ਰਾਣਾ, ਉਧਰ ਫਿਰ ਰਾਣਾ ਕਾਮੀ ਤੇ ਦਾਨਿਸ਼ ਟਾਈਗਰ, ਰਾਣਾ ਕਾਮੀ ਤੇ ਦਾਨੀ ਟਾਈਗਰ। ਉਸਤਾਦ ਬਾਬਰ ਟੀਪੂ ਦਾ ਘੋੜਾ ਬੱਲੇ ਆ ਬੱਲੇ, ਕੋਠ ਜੁੱਡੀਆ ਮਾਰਦਾ ਛਾਲਾ, ਕਹਿੰਦਾ ਮੇਰੀ ਨੱਚਦੀ ਜਵਾਨੀ ਪੱਪਾ ਭਾਰ ਸੱਜਣਾ। ਚੱਲ ਵੀ ਇੱਕ ਵਾਰੀ ਫਿਰ ਬਾਜਵਾ ਕਬੱਡੀ ਪਾਉਣ ਵਾਸਤੇ, ਇੱਕ ਵਾਰੀ ਫਿਰ ਅਕਬਰ ਬਾਜਵਾ, ਇੱਕ ਵਾਰੀ ਫਿਰ ਬਾਜਵਾ ਦੇ ਪੁੱਤ ਦੀ ਕਬੱਡੀ। ਇਹਨੂੰ ਕਿਹੜਾ ਕਰਦਾ ਹੀ ਧਰਾਈਆਂ, ਹੁਣ ਤੱਕ ਭਾਰਾ ਜਾਫੀਆਂ ਤੇ ਇਸ ਬੱਬਰ ਸ਼ੇਰ ਨੇ ਮੰਨਿਆ ਹੀ ਨਹੀਂ, ਕੌਡੀ ਦੀ ਪੂਰੀ ਬੱਲੇ ਬੱਲੇ ਕਰਾਤੀ ਆ, ਫੋਕਦਾ ਗਰਾਊਂਡਾਂ ਦੇ ਵਿੱਚ ਉਹ ਜਾਂਦਾ ਹੀ। ਨੰਬਰ ਹੋ ਗਿਆ ਬਾਜਵਿਆਂ ਦੇ ਪੁੱਤ ਦਾ, ਨੰਬਰ ਹੋ ਗਿਆ ਇੱਕ ਵਾਰੀ ਫਿਰ ਰੇਡਰ ਦੇ ਖਾਤੇ ਨੰਬਰ ਸਾਈਡਾ। ਚੱਲ ਬਈ ਕਬੱਡੀ ਦੀ, ਕਬੱਡੀ ਦਾ ਪੂਰਾ ਨਜ਼ਾਰਾ, ਅਸਲੇ ਕਬੱਡੀ ਦੀ ਪੂਰੀ ਬੱਲੇ ਬੱਲੇ ਹੋਈ ਆ। ਬਿਲਾਖਰ ਦੋਨਾਂ ਟੀਮਾਂ 'ਚ ਇੱਕ ਟੀਮ ਨੇ ਤੇ ਜਿੱਤਣਾ, ਦੋ ਸਾਲ ਲੜਦਿਆਂ ਇੱਕ ਨੇ ਤੇ ਧਿਆਣਾ ਹੀ ਧਿਆਣਾ। ਬਾਬਾ ਬੁੱਲੇ ਸ਼ਾਹ ਸਾਹਿਬ ਫਰਮਾਉਂਦੇ ਨਾ, ਜਿੱਤਣ ਜਿੱਤਣ ਹਰ ਕੋਈ ਕਰਦਾ, ਤੂੰ ਖੇਡਣ ਹਾਰ ਫਕੀਰਾ, ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰ ਦਾ ਮੁੱਲ ਹੀਰਾ। ਟੀਮ ਜਿਹੜੀ ਵੀ ਜਿੱਤੇਗੀ ਕਬੱਡੀ ਦੀ ਜਿੱਤ ਹਾਰ ਹੋਣੀ ਆ। ਉਧਰ ਫਿਰ ਚਾਨੂ ਚੱਟ, ਚਾਨੂ ਤੇ ਮੈਂ ਰਾਕਬ, ਚਾਨੂ ਤੇ ਮੈਂ ਰਾਕਬ, ਇੱਕ ਫਿਰ ਰਾਈਆਂ ਦਾ ਪੁੱਤ ਤੇ ਚਾਨੂ ਚੱਟ, ਅਮਜਦ ਚੱਟ ਦਾ ਘੋੜਾ। ਉਧਰ ਉਸਤਾਦ ਸਲੀਮ ਦਾ ਸ਼ੇਰ ਬੱਲੇ ਨੰਬਰ ਚਾਨੂ ਚੱਟ ਦਾ, ਕਹਿੰਦਾ ਨਹੀਂ ਸੋਹਣਿਆ। ਨੰਬਰ ਹੋ ਗਿਆ ਚਾਨੂ ਚੱਟ ਦੇ ਖਾਤੇ, ਨੰਬਰ ਹੋ ਗਿਆ ਸਾਹੀ ਦਾ। ਚੱਲ ਬਈ ਕਬੱਡੀ ਦੇ ਬਾਰੇ ਤਾਂ ਉਧਰ ਫਿਰ ਨੋਮੀ ਰਾਜਪੂਤ ਹਲਕਾ ਜਿਹਾ ਮਾਰ ਲਿਆ ਟੱਚ, ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਹੋ ਗਿਆ ਸਾਹੀ ਦਾ। ਭਾਈ ਸ਼ੁਕਰ ਦਾ ਨੰਬਰ ਕਿਵੇਂ ਕਿਵੇਂ ਇੱਧਰ ਆ, ਨੰਬਰ ਦੱਸ ਕਿਵੇਂ ਕਿਵੇਂ ਇੱਧਰ ਆ ਮੇਰੇ ਕੋਲ, ਨੰਬਰ ਕਿਵੇਂ ਕਿਵੇਂ ਦੋਨਾਂ ਟੀਮਾਂ ਦੇ 21-30। ਲਓ ਜੀ ਉਸਤਾਦ ਸਲੀਮ ਬਾਦਲ ਕਬੱਡੀ ਕਲੱਬ ਨੰਬਰ 21, ਸ਼ੁਕਰੂ ਜੱਟ ਹੈਦਰ ਕਬੱਡੀ ਕਲੱਬ ਨੰਬਰ 30, ਅਫਜ਼ਾਲ ਜੱਟ ਨੰਬਰਾਂ ਦਾ ਬੈਠਾ ਸਾਡਾ ਭਾਈ ਅਫਜ਼ਾਲ ਜੱਟ, ਨੰਬਰ ਕਾਊਂਟ ਕਰਦਾ ਪਿਆ ਸ਼ੁਕਰੂ ਜੱਟ, 9 ਨੰਬਰਾਂ ਦੀ ਲੀਡ ਆ ਤੇਰੀ ਟੀਮ ਦੇ ਖਾਤੇ, ਸ਼ਾਦੀਪੁਰ ਦੀ ਟੀਮ ਦੇ ਉਹ ਪੱਲੇ। ਉਧਰ ਫਿਰ 35 ਨੰਬਰਾਂ ਦੀ ਕੌਡੀ ਆ, ਜਿਹੜੀ ਟੀਮ ਦੇ ਪਹਿਲਾਂ 35 ਹੋ ਜਾਣਗੇ ਉਹ ਟੀਮ ਜਾਏਗੀ ਜਿੱਤ, ਉਹ ਟੀਮ ਜਿੱਤ ਜਾਏਗੀ ਜਿਹੜੀ ਟੀਮ ਦੇ ਪਹਿਲਾਂ 35 ਨੰਬਰ ਹੋ ਜਾਣਗੇ ਉਹ ਬੱਲੇ। ਉਧਰ ਫਿਰ ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਹੋ ਗਿਆ ਸਾਹਿਦਾ ਚਰੀ ਸਲੀਮ ਸਾਦਕ ਮਹਿਰਮ ਦਸਤਾਰ ਸਾਹਿਬ ਰਹਿਨਮਾ ਪਾਕਿਸਤਾਨ ਤਹਿਰੀਕ ਇਨਸਾਫ, ਪਾਕਿਸਤਾਨ ਤਹਿਰੀਕ ਇਨਸਾਫ ਦੇ ਟਾਈਗਰ ਅੱਜ ਸਟੇਜਾਂ ਤੱਪਣੇ, ਚੌਧਰੀ ਆਜ਼ਾਦ ਚੇਅਰਮੈਨ, ਉਹਨਾਂ ਦੇ ਨਾਲ ਨਾਲ ਚੌਧਰੀ ਵਿਕਾਸ ਜੱਟ ਔਰ ਜਿੰਨੇ ਵੀ ਸਾਡੇ ਪ੍ਰਾਹੁਣੇ ਆਪਣੇ ਵੈਲਕਮ ਜੀਆਂ ਨੂੰ ਖੁਸ਼ ਆਉਂਦੀ, ਚੌਧਰੀ ਗੁਲਾਮ ਮੁਸਤਫਾ ਚੌਧਰੀ ਆਜ਼ਾਦ ਚੇਅਰਮੈਨ ਸਾਹਿਬ, ਉਹਨਾਂ ਦਾ ਪਾਈ ਗਰਾਊਂਡਾਂ ਦੇ ਵਿੱਚ ਅਪੜਿਆ, ਕਿੰਨਾ ਭਰਾਵਾਂ ਬਾਜ ਹੁੰਦੀ ਕੱਢ ਲੱਗੀ, ਪਿੱਛੇ ਭਾਵੇਂ ਕਪੀਲੇ ਦਾ ਤੜੰਗ ਹੋਵੇ, ਕੱਲ ਪਾਤੀ ਮੁਕਦਰਾ ਨਾਲ ਵੀਰੋ, ਸਿਰ ਤੇ ਭਾਵੇਂ ਲਾਲਾਂ ਦੀ ਪੰਡ ਹੋਵੇ। ਉਧਰ ਕਬੱਡੀ ਪਾਉਣ ਵਾਸਤੇ ਕਰੀ ਫੇਰ ਰਾਜਪੂਤ, ਉਧਰ ਫਿਰ ਨੋਮੀ ਰਾਜਪੂਤ, ਦੋ ਨੰਬਰ ਤੇ ਮਾਰ ਲੈ ਟੱਚ, ਉਧਰ ਸੱਪ, ਉਧਰ ਫਿਰ ਸੱਪ, ਇਹ ਲੱਗੇਗਾ ਪਤਾ ਡੱਡੂ ਖਾਲਾ ਕਿ ਨਾਗ ਹੈ। ਨੰਬਰ ਹੋ ਗਿਆ ਰੇਡਰ ਦਾ, ਨੰਬਰ ਨੋਮੀ ਰਾਜਪੂਤ ਦੇ ਖਾਤੇ। ਚੱਲ ਬਈ ਫਿਰ ਚਾਨੂ ਜੱਟ ਕਬੱਡੀ ਪਾਉਣ ਵਾਸਤੇ ਕਰੀ ਫਿਰ ਜੱਟਾਂ ਦਾ ਸ਼ੁਕਰੂ, ਕਬੱਡੀ ਪਾਉਣ ਵਾਸਤੇ ਕਰੀ ਫਿਰ ਚਾਨੂ ਜੱਟ ਜੱਟਾਂ ਦਾ ਪੁੱਤ ਕਬੱਡੀ ਪਾਉਣ ਵਾਸਤੇ। ਲੋ ਜੀ ਇਸ ਤੋਂ ਬਾਅਦ ਆਖਰੀ ਕਬੱਡੀ, ਆਖਰੀ ਆਖਰੀ ਕਬੱਡੀ, ਆਖਰੀ ਆਖਰੀ ਕਬੱਡੀ ਦੋਨਾਂ ਟੀਮਾਂ ਦੀ ਤਰਫੋਂ, ਚਾਨੂ ਜੱਟ ਦੀ ਆਪਣੀ ਟੀਮ ਦੀ ਤਰਫੋਂ ਆਖਰੀ ਕਬੱਡੀ, ਇਸ ਤੋਂ ਬਾਅਦ ਅਗਲੀ ਆਖਰੀ ਕਬੱਡੀ ਹੋਏਗੀ। ਉਧਰ ਚਾਨੂ ਜੱਟ ਆ ਜੱਟ
ਨੰਬਰ ਹੋ ਗਿਆ ਜੱਟਾਂ ਦੇ ਪੁੱਤ ਦਾ। ਲਓ ਜੀ ਇਸ ਮੈਚ ਦੀ ਆਖਰੀ ਕਬੱਡੀ, ਇਸ ਮੈਚ ਦੀ ਆਖਰੀ ਕਬੱਡੀ, ਇਹ ਨੰਬਰ ਕਿਹਦੇ ਖਾਤੇ ਜਾਏਗਾ? ਅਤੇ ਡਬਲ ਟੱਚ ਦਾ ਇਸ਼ਾਰਾ, ਨੰਬਰ ਹੋ ਗਿਆ ਰੇਡਰ ਦੇ ਖਾਤੇ। ਇਸ ਦੇ ਨਾਲ ਹੀ ਮੈਚ ਹੈਦਰ ਕਬੱਡੀ ਕਲੱਬ ਸ਼ੁਕਰੂ ਜੱਟ ਦੀ ਟੀਮ ਨੇ ਜਿੱਤ ਲਿਆ ਬਈ। ਸ਼ਾਦੀਪੁਰ ਵਾਲੇ ਮੁਬਾਰਕਾਂ, ਸ਼ਾਦੀਪੁਰ ਵਾਲਾ ਮੈਚ ਜਿੱਤ ਲਿਆ।